ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਫਿਰ ਧਿਆਨ ਦਿਵਾਉਣਾ ਚਾਹਾਂਗੇ ਪਾਕਿਸਤਾਨ ਦੇ ਹਾਲਾਤ ਦੇ ਬਾਰੇ 'ਚ। ਰੱਬ ਕਰੇ ਉੱਥੇ ਹਾਲਾਤ ਠੀਕ ਹੋਣ, ਲੇਕਿਨ ਜੋ ਨਜ਼ਰ ਆ ਰਿਹਾ ਦਿਨ ਬ ਦਿਨ ਹਾਲਾਤ ਵਿਗੜਦੇ ਜਾ ਰਹੇ ਨੇ, ਵਿਚ ਇਜ਼ ਅ ਸ਼ੇਮ। ਔਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹ ਬੇਨਤੀ ਕਰਨਾ ਚਾਹਾਂਗੇ, ਉਹਨਾਂ ਨੂੰ ਫਰਕ ਤਾਂ ਕੋਈ ਨਹੀਂ ਪੈਣਾ, ਲੇਕਿਨ ਫਿਰ ਵੀ ਕਹਿਣਾ ਚਾਹਾਂਗੇ ਕਿ ਟਰਾਂਸਪੇਰੈਂਟ ਬਣੋ, ਪਬਲਿਕ ਨੂੰ ਕੌਨਫੀਡੈਂਸ 'ਚ ਲਵੋ, ਵਨ ਮੈਨ ਰੂਲ ਨਾ ਸਮਝੋ। ਅੱਜ ਦੇ ਪ੍ਰੋਗਰਾਮ ਦੇ ਬਾਰੇ 'ਚ ਹੁਣ ਦੱਸਣਾ ਚਾਹਾਂਗੇ। ਇੱਕ ਆਈਫਾ ਅਵਾਰਡਸ ਦੇ ਉੱਤੇ ਡਿਸਕਸ਼ਨ ਸ਼ਾਮਿਲ ਹੈ ਕਿ ਇਹਦਾ ਫਾਈਨੈਂਸ਼ੀਅਲ ਸਾਡੇ ਸੂਬੇ ਨੂੰ, ਸਾਡੇ ਪ੍ਰੋਵਿੰਸ ਨੂੰ ਕੀ ਫਾਇਦਾ ਹੋਏਗਾ, ਸਾਡੀ ਗਵਰਨਮੈਂਟ ਇਹਨੂੰ ਟਰਾਂਸਪੇਰੈਂਟ ਬਣਾਏ। ਉਹਦੇ ਇਲਾਵਾ ਸੈਨੇਟਰ ਸਲਮਾ ਅਤਾਉੱਲਾ ਜਾਨ ਦਾ ਇੰਟਰਵਿਊ ਦੇਖੋਗੇ। ਆਈ ਹੋਪ ਯੂ ਇੰਜੋਏ ਇਟ। ਥੈਂਕ ਯੂ। लड़की अपनी स्किन की वजह से परेशान हो तो फिकर की क्या बात है, लेजर स्पॉट है ना। लेजर स्पॉट, फोटो फेशियल, थर्माज, एंटी एजिंग, लेजर हेयर रिमूवल, लेजर स्पॉट, वेयर ब्यूटी मीट्स एलिगेंट प्रोफेशनल्स। लेजर स्पॉट, हाईवे 10 और क्वींस के संगम पर। कॉल शैला 9054872680। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ, ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਈ ਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈ। 905-670-9911। ਫਰਨੀਚਰ ਖਰੀਦਣ ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਤਾਂ ਤੁਸੀਂ ਸਾਰੀ ਦਿਹਾੜੀ ਗੇੜੇ ਕੱਢੋ ਤੇ ਘਰ ਨੂੰ ਵਾਪਸ ਆ ਜਾਓ, ਜਾਂ ਫਿਰ ਇੱਕ ਜਗ੍ਹਾ ਜਾਓ ਤੇ ਸਾਰਾ ਪਸੰਦ ਦਾ ਫਰਨੀਚਰ ਘਰ ਲੈ ਆਓ। ਨੋਬਲ ਫਰਨੀਚਰ ਤੇ ਲੱਗ ਗਈ ਆ ਭਾਰੀ ਸੇਲ, ਘੱਟ ਕੀਮਤਾਂ ਤੇ 100 ਸਾਰ ਫਰਨੀਚਰ। ਆਪਣੇ ਘਰ ਦਾ ਸ਼ਿੰਗਾਰ ਬਣਾਉਣ ਲਈ ਨੋਬਲ ਫਰਨੀਚਰ ਦੀ ਕਿਸੇ ਵੀ ਬ੍ਰਾਂਚ ਤੇ ਪਹੁੰਚੋ। 905-790-6790, 905-790-6790। ਨੋਬਲ ਫਰਨੀਚਰ। ਆਪਣੇ ਕਾਰੋਬਾਰ ਕੀ ਤਰੱਕੀ ਕੇ ਲਈ ਪ੍ਰਿੰਟ ਪਬਲਿਸਿਟੀ ਔਰ ਬਿਹਤਰੀਨ ਪ੍ਰਿੰਟਿੰਗ ਕੇ ਲਈ ਸਿਰਫ ਏਕ ਹੀ ਨਾਮ, जहाँ जदी टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स, आपके बजट और आपके वक्त में बनाए जाते हैं। आपका काम सिर्फ सोचना है, क्योंकि वी प्रिंट योर थॉट्स। साइंस टू गो। गुड मॉर्निंग, ब्रेकफास्ट बच्चे सारियां दा वेलकम करने हैं। ਇਹ ਸ਼ੋਅ ਅਸੀਂ ਰੱਖਿਆ ਜਾਣਕਾਰੀ ਦੇਣ ਵਾਸਤੇ ਡਿਫਰੈਂਟ ਮੁੱਦਿਆਂ 'ਤੇ, ਸਪੈਸ਼ਲੀ ਟੂ ਨਿਊ ਕਨੇਡੀਅਨਸ ਐਂਡ ਯੂਥ। ਟੁਡੇ ਅਸੀਂ ਕਰੰਟ ਇਸ਼ੂ ਜਿਹੜਾ ਚੱਲ ਰਿਹਾ ਉਹਦੇ ਬਾਰੇ 'ਚ ਗੱਲਬਾਤ ਕਰਨ ਵਾਸਤੇ ਦੋ ਮਹਿਮਾਨ ਬੁਲਾਏ ਨੇ। ਦੇ ਆਰ ਵੈਰੀ ਨੋਨ ਫਿਗਰਸ ਆਫ ਦ ਕਮਿਊਨਿਟੀ। ਮੈਂ ਚਾਹਾਂਗਾ ਆਪਣੇ ਆਪ ਨੂੰ ਆਪ ਇੰਟਰੋਡਿਊਸ ਕਰਾਂ ਅਤੇ ਅਸੀਂ ਇਹ ਗੱਲਬਾਤ ਨੂੰ ਅੱਗੇ ਲੈ ਕੇ ਚੱਲਾਂਗੇ। ਵੈਲਕਮ ਟੂ ਦ ਸ਼ੋਅ ਸਰ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ। ਮੈਨੂੰ ਇਕਬਾਲ ਮਾਲ ਕਹਿੰਦੇ ਨੇ ਜੀ, ਮੈਂ ਕੋਈ ਇੱਦਾਂ ਕਰਦੇ ਆ, ਮੈਂ ਤੇਰੀ ਇੰਟਰੋਡਕਸ਼ਨ ਕਰ ਸਕਦਾ। ਇਹ ਇਕਬਾਲ ਮਾਲ ਸਾਹਿਬ ਹੈ ਜੀ, ਜਿਹੜੇ ਕਿ ਵਿਜਨ ਟੈਲੀਵਿਜ਼ਨ 'ਤੇ ਬੜੀ ਦੇਰ ਤੋਂ ਪ੍ਰੋਗਰਾਮ ਕਰ ਰਹੇ ਆ, ਔਰ ਮੈਂ ਸਮਝਦਾ ਕਿ ਜਿਹੜਾ ਕੈਨੇਡਾ ਦੀ ਧਰਤੀ ਉੱਤੇ ਪਹਿਲਾ ਪੰਜਾਬੀ ਪ੍ਰੋਗਰਾਮ ਕੋਈ ਆਇਆ ਉਹਦੇ ਪਿਤਾਮਾ ਨੇ ਇਹ ਲੰਬੇ ਸਮੇਂ ਤੋਂ। ਹਾਂਜੀ, ਇਕਬਾਲ ਰਾਮੂ ਵਾਲੀ ਹੈ ਜੀ, ਲੇਖਕ ਨੇ, ਅਧਿਆਪਕ ਨੇ, ਟੀਚਰ ਨੇ, ਪ੍ਰੋਫੈਸਰ ਨੇ, ਪੜ੍ਹਾਉਂਦੇ ਰਹੇ ਨੇ, ਕਿਤਾਬਾਂ ਲਿਖ ਚੁੱਕੇ ਨੇ, 3-4 ਕਿਤਾਬਾਂ, ਨਾਵਲ ਵੀ ਨੇ। ਮੈਂ ਇਹਨਾਂ ਦੀ ਪੋਇਟਰੀ ਬਹੁਤ ਪਸੰਦ ਕਰਦਾ, ਸ਼ੌਕੀਆ ਨਹੀਂ, ਪ੍ਰੋਫੈਸ਼ਨਲੀ ਗਾਉਂਦੇ ਵੀ ਰਹੇ ਨੇ ਅਤੇ ਅੱਜ ਕੱਲ੍ਹ ਤਕਰੀਬਨ ਰਿਟਾਇਰ ਹੋਣ ਚੁੱਕੇ ਨੇ ਮੇਰੇ ਵਾਂਗੂ, ਜ਼ਿੰਦਗੀ ਦਾ ਸਵਾਦ ਮਾਣ ਰਹੇ ਹਾਂ। ਨਾ ਤੁਸੀਂ ਰਿਟਾਇਰ ਹੋ ਨਾ ਤੁਸੀਂ ਜ਼ਿਆਦਾ ਆਰੇ ਲੱਗੇ। ਬਿਲਕੁਲ। ਸੋ ਸਰ, ਅਸੀਂ ਥੈਂਕ ਯੂ ਵੈਰੀ ਮੱਚ ਫਸਟ ਆਫ ਆਲ ਕਮਿੰਗ ਐਂਡ ਸਪੇਅਰਿੰਗ ਟਾਈਮ। ਅਸੀਂ ਜੋ ਅੱਜ ਤੁਹਾਨੂੰ ਗੱਲਬਾਤ ਵਾਸਤੇ ਬੁਲਾਇਆ ਹੈ ਕਿ ਆਪਣੇ ਇੱਥੇ ਸਾਊਥ ਏਸ਼ੀਅਨ, ਅਸੀਂ ਬਹੁਤ ਵੱਡੀ ਪਾਪੂਲੇਸ਼ਨ ਹੋ ਗਈ ਹੁਣ ਤਾਂ ਮਾਸ਼ਾਅੱਲਾ ਜੀ, ਅਤੇ ਹੁਣ ਇਹ ਅਵਾਰਡ ਹੋਣ ਜਾ ਰਹੇ ਨੇ, ਆਈਫਾ ਅਵਾਰਡ ਜਿਹਦਾ ਨਾਂ ਹੈ, ਦੈਟਸ ਅ ਵੈਰੀ ਪ੍ਰੈਸਟੀਜੀਅਸ ਅਵਾਰਡ ਆਫ ਇੰਡੀਆ ਮੂਵੀ ਇੰਡਸਟਰੀ। ਹਰ ਸਾਲ ਪਿਛਲੇ 12 ਸਾਲਾਂ ਤੋਂ ਹੋ ਰਹੇ ਨੇ ਔਰ ਡਿਫਰੈਂਟ ਕੰਟਰੀਜ਼ 'ਚ ਹੁੰਦੇ ਨੇ, ਐਂਡ ਦ ਸਿਟੀਜ਼ ਔਫ ਦ ਕੰਟਰੀਜ਼ ਦੇ ਬਿਡ ਫੋਰ ਇਟ, ਐਂਡ ਦੈਨ ਦੇ ਗੋ ਬੈਂਕੋਕ 'ਚ ਹੋਏ, ਸਿੰਗਾਪੁਰ 'ਚ ਹੋਏ, ਇੰਗਲੈਂਡ 'ਚ ਹੋਏ, ਦੁਬਈ 'ਚ ਹੋਏ, ਐਬਸੋਲਿਊਟਲੀ, ਔਰ ਹੁਣ ਕੈਨੇਡਾ 'ਚ ਹੋਣ ਜਾ ਰਹੇ ਨੇ, ਔਰ ਕੈਨੇਡਾ 'ਚ ਵੀ ਟੋਰਾਂਟੋ 'ਚ ਹੋਣ ਜਾ ਰਹੇ ਨੇ। ਐਂਡ ਇਟਸ ਬੀਨ ਸਪੋਂਸਰਡ ਟੋਟਲੀ ਬਾਏ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਆਫ ਅੰਟੇਰੀਓ ਜੀ। ਮੇਰਾ ਬੜਾ ਸਿੱਧਾ ਕੁਐਸਚਨ ਹੈ ਕਿ ਹੁਣੇ ਅਸੀਂ ਆਪਣੇ ਟੈਕਸ ਟਾਈਮ ਤੋਂ ਫਾਰਗ ਹੋਏ ਹਾਂ, ਹਰ
ਸ਼ਖਸ ਨੇ ਆਪਣੇ ਆਪਣੇ ਟੈਕਸਿਸ ਦਿੱਤੇ ਨੇ ਔਰ ਕਮੋਡਿਟੀਜ਼ ਦੀ ਕੀਮਤਾਂ ਗੈਸ ਦੀਆਂ ਅਤੇ ਮੋਰਗੇਜ ਦੀਆਂ ਅਤੇ ਬਿੱਲ ਬੱਤੀਆਂ ਦੀਆਂ ਕਿੱਥੇ ਜਾ ਰਹੀਆਂ ਨੇ ਉਹ ਤਾਂ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਸਾਨੂੰ ਇਸ ਚੀਜ਼ ਦਾ ਫਾਈਨੈਂਸ਼ੀਅਲ ਫਾਇਦਾ ਕੀ ਹੈ ਪ੍ਰੈਸਟੀਜੀਅਸਲੀ ਬਹੁਤ ਅੱਛਾ ਮੈਨੂੰ ਅੱਛਾ ਲੱਗਦਾ ਜੀ ਮੇਰੇ ਕਲਾਕਾਰ ਆਉਣਗੇ ਉਹਨਾਂ ਨੂੰ ਦੇਖਾਂਗੇ ਬੱਚੇ ਵੀ ਫੋਟੋ ਖਿਚਾ ਲੈਣਗੇ ਮੈਂ ਵੀ ਬਟ ਦੈਟ ਡਜ਼ਨਟ ਹੈਲਪ ਮੀ ਇਨ ਮਾਈ ਇਕਨੋਮੀ ਐਬਸੋਲੂਟ ਮੈਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੂੰਗਾ ਕਿ ਪਰਸਨਲੀ ਮੈਂ ਬਹੁਤ ਇਸ ਚੀਜ਼ ਦੇ ਹੱਕ 'ਚ ਹੈ ਕਿ ਸਾਡਾ ਜਿਹੜਾ ਕਲਚਰਲ ਜਾਂ ਸਾਡਾ ਮਿਊਜ਼ਿਕ ਦਾ ਜਾਂ ਸਾਡਾ ਲਿਟਰੇਚਰ ਦਾ ਆਰਟ ਦਾ ਆਦਾਨ ਪ੍ਰਦਾਨ ਹੋਵੇ ਐਕਸਚੇਂਜ ਹੋਵੇ ਉੱਥੋਂ ਦੇ ਲੋਕ ਇੱਥੇ ਆਉਣ ਇੱਥੋਂ ਦੇ ਲੋਕ ਅਤੇ ਗੱਲ ਫਿਰ ਉੱਥੇ ਆਉਂਦੀ ਜਿੱਥੇ ਤੁਸੀਂ ਸ਼ੁਰੂ ਕਰੀ ਸੀ ਕਿ ਬਈ ਜੇ ਤਾਂ ਉਹਦਾ ਕੋਈ ਇੰਨਾ ਖਰਚਾ ਕਰਨ ਤੋਂ ਬਾਅਦ ਮੈਨੂੰ ਪਤਾ ਕਿ ਬਹੁਤ ਜ਼ਿਆਦਾ ਖਰਚਾ ਹੋਏਗਾ ਮਿਲੀਅਨਸ ਆਫ ਡਾਲਰਸ ਹੋਣਗੇ ਅਤੇ ਜਿਵੇਂ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੈ ਤੁਸੀਂ ਗੈਸ ਸਟੇਸ਼ਨ 'ਤੇ ਜਾਓ $1 ਅਤੇ 50 ਸੈਂਟ ਤੱਕ ਹੋਣ ਵਾਲੀ ਹੈ ਗੈਸ ਔਰ ਤੁਸੀਂ ਬੱਚੇ ਜਿਹੜੇ ਸਕੂਲ ਸਿਸਟਮ ਵਿੱਚ ਮੈਂ ਕੰਮ ਕੀਤਾ 26 ਸਾਲ ਉੱਥੇ ਬੱਚਿਆਂ ਨੂੰ ਸਾਨੂੰ ਇੰਨੀਆਂ ਪ੍ਰੋਬਲਮਸ ਆ ਰਹੀਆਂ ਸਾਡੇ ਜਿਹੜੇ ਬਜਟ ਹੈ ਜਿਹੜਾ ਕਿ ਅੰਟੇਰੀਓ ਗਵਰਨਮੈਂਟ ਉਹਨੂੰ ਫੰਡ ਕਰਦੀ ਹੈ ਉਹ ਘੱਟ ਰਹੇ ਨੇ ਮੋਰਗੇਜਸ ਲੋਕਾਂ ਤੋਂ ਪੇ ਨਹੀਂ ਹੋ ਰਹੀਆਂ ਔਰ ਇੰਸ਼ੋਰੈਂਸ ਜਿਹੜੀ ਹੈਗੀ ਕਾਰਾਂ ਦੀ ਉਹ ਨਹੀਂ ਪੇ ਹੋ ਰਹੀ ਮੇਰਾ ਖਿਆਲ ਹੈ ਕਿ ਜੇ ਤਾਂ ਇਹਦੇ ਵਿੱਚ ਕੋਈ ਫਾਈਨੈਂਸ਼ੀਅਲ ਜੇ $100 ਲੱਗ ਕੇ ਅਤੇ $200 ਬਣਦਾ ਫਿਰ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇਹਦਾ ਪਰ ਜੇਕਰ ਇਹ ਇੱਕ ਸਿਰਫ ਵਿਖਾਵੇ ਲਈ ਫੋਟੋ ਆਪ ਜਾਂ ਸੈਲਫ ਪ੍ਰੋਪਗੇਸ਼ਨ ਵਾਸਤੇ ਪ੍ਰਮੋਸ਼ਨ ਲਈ ਫਿਰ ਮੈਨੂੰ ਲੱਗਦਾ ਇਕਬਾਲ ਜੀ ਦਾ ਕੋਈ ਮੈਨੂੰ ਤੁਸੀਂ ਤਕਰੀਬਨ ਜਵਾਬ ਦੇ ਦਿੱਤਾ ਮੇਰੇ ਜ਼ੋਰ ਪਾਉਣ ਦੀ ਲੋੜ ਨਹੀਂ ਜੀ ਸਹੀ ਹੈ ਕਿ ਇਸ ਵੇਲੇ ਅਸੀਂ ਬੜੇ ਰਿਸੈਸ਼ਨ 'ਚੋਂ ਗੁਜ਼ਰ ਰਹੇ ਸਾਡੀਆਂ ਕਾਫੀ ਪ੍ਰੋਬਲਮ ਚੱਲ ਰਹੀਆਂ ਆਰਥਿਕ ਤੌਰ 'ਤੇ ਜੋਬਾਂ ਲੋਕਾਂ ਨੂੰ ਚਾਹੀਦੀਆਂ ਨੇ ਜੋ ਵੀ ਹੈ ਤੁਸੀਂ ਸਾਰੇ ਰੈਵਨਿਊਜ਼ 'ਤੇ ਅਸੀਂ ਜਾ ਰਹੇ ਅਤੇ ਜੇ ਤਾਂ ਕੋਈ ਸਾਨੂੰ ਕੋਈ ਫਾਇਦਾ ਹੋਣ ਦੀ ਸੰਭਾਵਨਾ ਪੋਸੀਬਿਲਿਟੀ ਦੈਨ ਇਟਸ ਫਾਈਨ ਅਤੇ ਜਿੱਦਾਂ ਤੁਸੀਂ ਕਿਹਾ ਸ਼ੋ ਬਿਜ਼ਨਸ ਹੀ ਹੈ ਵੀ ਹੁਣ ਇਹ ਕੋਈ ਬਹੁਤ ਅਕਲਮੰਦੀ ਦਾ ਕੰਮ ਨਹੀਂ ਜੇ ਸੂਬੇ ਦੀ ਸਰਕਾਰ ਨੇ ਇਹਦਾ ਮੇਰੇ ਖਿਆਲ ਇਹਦਾ ਬਜਟ ਵੀ ਉਹਨਾਂ ਨੇ ਦੱਸਿਆ ਨਹੀਂ ਕਿ ਕਿੰਨੇ ਦਿੱਤੇ ਨੇ ਅਤੇ ਕਿੰਨੇ ਲਏ ਦੈਟ ਇਜ਼ ਐਗਜੈਕਟਲੀ ਜਿਸ ਪਾਸੇ ਮੈਂ ਆਉਣਾ ਚਾਹ ਰਿਹਾ ਕਿ ਇਹਨੂੰ ਟਰਾਂਸਪੇਰੈਂਟ ਨਹੀਂ ਕੀਤਾ ਗਿਆ ਕਿ ਆਪਣਾ ਜਾਂ ਆਪਣੀ ਸਰਕਾਰ ਆਪਣੇ ਤੋਂ ਮੈਂ ਮੁਰਾਦ ਹੈ ਕਹਾਂਗਾ ਦੋਜ਼ ਆਰ ਮਾਈ ਟੈਕਸ ਡਾਲਰਸ ਯੋਰ ਟੈਕਸ ਡਾਲਰਸ ਸਾਡਾ ਇਹਦੇ 'ਚ ਖਰਚਾ ਕਿੰਨਾ ਹੋ ਰਿਹਾ ਔਰ ਇਹਦਾ ਸਾਨੂੰ ਫਾਈਨੈਂਸ਼ੀਅਲ ਫਾਇਦਾ ਕੀ ਹੈ ਟੂਰਿਜ਼ਮ ਠੀਕ ਹੈ ਮੈਂ ਹਰ ਚੀਜ਼ ਨੂੰ ਸਮਝਣਾ ਠੀਕ ਹੈ ਯੂਲ ਪੁੱਟ ਇਟ ਔਨ ਦਾ ਬਾਲੀਵੁੱਡ ਮੈਪ ਕਿ ਟੋਰਾਂਟੋ ਆਲਸੋ ਐਗਜ਼ਿਸਟ ਐਂਡ ਉੱਥੇ ਸਾਡੀ ਬੜੀ ਜਨਤਾ ਹੈ ਐਵਰੀਥਿੰਗ ਇਜ਼ ਗੁੱਡ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਇੰਨੀ ਕੁ ਇੱਥੇ ਹੈ ਕਿ ਅਸੀਂ ਦੇਖੋ ਨੁਸਰਤ ਅਲੀ ਸਾਹਿਬ ਪਹਿਲਾਂ ਆਉਂਦੇ ਸੀ ਹੁਣ ਉਹਨਾਂ ਦੇ ਨੈਫਿਊ ਆ ਕੇ ਗਏ ਨੇ ਮੈਂ ਪਿੱਛੇ ਜਿਹੇ ਸਰਤਾਜ ਹੋਣਾ ਦੇ ਸ਼ੋ ਕੀਤੇ ਗੁਰਦਾਸ ਮਾਨ ਆ ਰਹੇ ਨੇ ਲੋਕੀ ਇੰਡੀਵਿਜੁਅਲੀ ਪ੍ਰਾਈਵੇਟ ਸੈਕਟਰ ਦੇ ਲੋਕੀ ਆਰਟ ਨੂੰ ਪ੍ਰਮੋਟ ਕਰ ਰਹੇ ਨੇ ਜਿਹੜਾ ਕਿ ਜਾਇਜ਼ ਹੈ ਉਹਨਾਂ ਨੂੰ ਨਫ਼ਾ ਹੁੰਦਾ ਧੰਨ ਸ਼ੁਕਰੀਆ ਨਹੀਂ ਹੁੰਦਾ ਦੈਟ ਇਜ਼ ਅ ਪਿਓਰਲੀ ਕਮਰਸ਼ੀਅਲ ਜੇ ਸਰਕਾਰ ਨੂੰ ਇਹਦੇ 'ਚ ਕੋਈ ਕਮਰਸ਼ੀਅਲ ਐਂਗਲ ਨਹੀਂ ਹੈ ਤਾਂ ਉਹਨਾਂ ਨੂੰ ਇਹ ਪੰਗਾ ਲੈਣ ਦੀ ਕੀ ਲੋੜ ਮਗਿੰਟੀ ਸਾਹਿਬ ਪ੍ਰੀਮੀਅਰ ਨੇ ਆਮ ਸ਼ੋਰ ਉਹਨਾਂ ਨੂੰ ਇਸ ਕੰਮ ਦੀ ਜਿੰਨੀ ਮੈਨੂੰ ਇਜਾਜ਼ਤ ਦੀ 35 ਸਾਲ ਨਹੀਂ ਹੋ ਸਕਦੀ ਤੁਸੀਂ ਸਭ ਕੁਛ ਹੋਰ ਤਰੀਕੇ ਨਾਲ ਗਿਣਦੇ ਮਿਣਦੇ ਵੀ ਘਾਟਾ ਕਿਸ ਤਰ੍ਹਾਂ ਨਫ਼ਾ ਹੋਵੇ ਕਿੱਦਾਂ ਬਰਦਾਸ਼ਤ ਕਰਾਂਗੇ ਇਹ ਤਾਂ ਵੱਡੇ ਕੰਸਰਨ ਨੇ ਹਾਂ ਇਹ ਹੈ ਵੀ ਸਾਡੀ ਕਮਿਊਨਿਟੀ ਨੂੰ ਖੁਸ਼ ਕਰਨ ਲਈ ਜੇ ਕੁਛ ਕੀਤਾ ਜਾ ਰਿਹਾ ਵੀ ਹੁਣ ਵੋਟਾਂ ਆ ਰਹੀਆਂ ਨਾ ਸੂਬੇ ਦੀਆਂ ਬਿਲਕੁਲ ਤੁਸੀਂ ਸ਼ਾਇਦ ਆਪਣਾ ਬਿੰਬ ਨੂੰ ਆਪਣਾ ਅਕਸ ਨੂੰ ਉੱਚਾ ਕਰਨ ਲਈ ਆਪਣੀ ਸਾਡੀ ਕਮਿਊਨਿਟੀ ਦੀਆਂ ਵੋਟਾਂ ਮੇਰਾ ਵੀ ਮੈਂ ਇਕਬਾਲ ਨਾਲ ਸਹਿਮਤ ਹੈ ਕਿ ਪਿਛਲੇ 2-3 ਸਾਲ ਤੋਂ ਜਦੋਂ HST ਜਿਹੜਾ ਹੈਗਾ ਇੰਟਰੋਡਿਊਸ ਹੋਇਆ ਲੋਕ ਬੜੇ ਤੰਗ ਨੇ ਔਰ ਮਗੈਂਟੀ ਸਾਹਿਬ ਨੇ ਕਾਫੀ ਸਾਰੀਆਂ ਇਹੋ ਜਿਹੇ ਕੁਝ ਪੈਂਤੜੇ ਲਏ ਆ ਜਿਹੜੇ ਕਿ ਲੋਕਾਂ ਦੇ ਫਿੱਟ ਨਹੀਂ ਹੋਏ ਸੀ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਮੈਂ ਐਜੂਕੇਸ਼ਨ ਸਿਸਟਮ ਵਿੱਚ ਹੈ ਇੱਕ ਤਾਂ ਅਚਾਨਕ ਹੀ ਕਹਿੰਦੇ ਜੀ ਇੱਕ ਦਿਨ ਖਬਰ ਆ ਗਈ ਕਿ ਰਿਲੀਜੀਅਸ ਸਕੂਲ ਜਿਹੜੇ ਅਸੀਂ ਉਹਨਾਂ ਨੂੰ ਫੰਡਿੰਗ ਦੇਵਾਂਗੇ ਥਾਂ ਥਾਂ ਉੱਤੇ ਰਿਲੀਜੀਅਸ ਸਕੂਲ ਖੋਲ੍ਹ ਲਿਓ ਬੇਹੂਦਾ ਗੱਲ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਸਾਡੀਆਂ ਚਾਹੇ ਤੁਸੀਂ ਖਾਲਸਾ ਸਕੂਲ ਜਾਓ ਜਾਂ ਪ੍ਰਾਈਵੇਟ ਸਕੂਲ ਜਾਓ ਜਾਂ ਇਸਲਾਮਿਕ ਸਕੂਲ ਜਾਓ ਰਹਿਣਾ ਤਾਂ ਆਪਾਂ ਇਕੱਠਿਆਂ ਨੇ ਅਤੇ ਮੇਰਾ ਖਿਆਲ ਹੈ ਜੇ ਅਸੀਂ ਛੋਟੀ ਉਮਰ ਤੋਂ ਇਕੱਠੇ ਵਿਚਰਦੇ ਹਾਂ ਇੱਕ ਦੂਜੇ ਦੇ ਸੁਭਾਅ ਮਜ਼ਹਬ ਦੀ ਗੱਲ ਕਰਦੇ ਹਾਂ ਉਦੋਂ ਸਿੱਖਦੇ ਹਾਂ ਤਾਂ ਜਾਇਜ਼ ਹੈ ਪਰ ਜੇ ਅਸੀਂ ਅੱਡ ਖੋਲ੍ਹ ਗਏ ਤਾਂ ਅਸੀਂ ਇਕਦਮ 8ਵੀਂ ਤੋਂ ਬਾਅਦ ਜਾਂ 10ਵੀਂ ਤੋਂ ਹਾਈ ਸਕੂਲ ਤੋਂ ਬਾਅਦ ਬੱਚਾ ਇਕਦਮ ਇੱਕ ਡਿਫਰੈਂਟ ਇਨਵਾਇਰਮੈਂਟ 'ਚ ਕਿੱਦਾਂ ਫਿੱਟ ਹੋ ਸਕਦਾ ਆਈਸੋਲੇਟ ਹੋ ਜਾਏ ਜੀ ਸੋ ਮੇਰਾ ਕਹਿਣ ਤਾਂ ਮੁਰਾਦ ਇਹ ਸੀ ਕਿ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇਹ ਸਿਰਫ ਲੋਕਾਂ ਨੂੰ ਭਰਮਾਉਣ ਲਈ ਕਿਉਂਕਿ ਵੋਟਾਂ 'ਚ ਨੇੜੇ ਆ ਰਹੀਆਂ ਅਤੇ ਇਹਦਾ ਵਿਰੋਧ ਕਰਨਾ ਬਣਦਾ ਕਿਉਂਕਿ ਇਹਦਾ ਲੌਂਗ ਰਨ ਜੇ ਦੇਖੀਏ ਮੈਂ ਤਾਂ ਇਦੋਂ ਹੋਰ ਵੀ ਥੋੜ੍ਹੀ ਜਿਹੀ ਇਹਦੇ ਨਾਲ ਗੱਲ ਜੋੜਦਾ
ਸਾਡੇ ਐਮ ਪੀ ਪੀ ਹੈ, ਸਾਡੇ ਐਮ ਪੀਜ਼ ਹੈ, ਸਾਡੇ ਕੌਂਸਲਰਸ ਹੈ, ਉਹਨਾਂ ਦਾ ਵੀ ਮੈਂ ਤਾਂ ਕਹਿੰਦਾ ਵੀ ਉਹਨਾਂ ਦਾ ਆਪਣਾ ਮੁਫਾਦ ਹੈ ਕਿ ਜੀ ਜੇ ਲਿਬਰਲ ਪਾਰਟੀ ਦਾ ਇਮੇਜ ਚੰਗਾ ਹੋਏਗਾ, ਲੋਕ ਖੁਸ਼ ਹੋ ਜਾਣਗੇ ਜੀ, ਬਾਲੀਵੁੱਡ ਦੇ ਇੱਥੇ ਆ ਗਏ ਜੀ, ਸਾਨੂੰ ਵੋਟਾਂ ਮਿਲਣਗੀਆਂ। ਬੇਸਿਕਲੀ ਭਾਈ ਸਾਹਿਬ ਮੇਰੀ ਫੀਲਿੰਗ ਹੈ, ਜਿੰਨੇ ਵੀ ਸਾਡੇ ਸਿਆਸੀ ਬੰਦੇ ਖਲੋਂਦੇ ਨੇ ਉਹ ਸਿਰਫ ਨੌਕਰੀ ਦੀ ਭਾਲ 'ਚ ਨੇ। ਜਿਹੜਾ ਇੱਕ ਸ਼ਬਦ ਹੈ ਨਾ ਸੇਵਾ, ਸਰਵਿੰਗ ਦਾ ਕਮਿਊਨਿਟੀ, ਇਹ ਬੜਾ ਪੈਂਤਰੇ ਵਾਲਾ ਸ਼ਬਦ ਹੈ, ਇਹਨੂੰ ਬੜਾ ਫਰੂਗਲੀ, ਬੜਾ ਖੁੱਲ੍ਹਦਿਲੀ ਨਾਲ ਵਰਤਦੇ ਨੇ, ਪਰ ਮੈਂ ਅੱਜ ਤੱਕ ਕੋਈ ਸੇਵਾ ਸੁਵਾ ਕਰਦਾ ਨਹੀਂ ਵੇਖਿਆ। ਹੁਣ ਤੁਹਾਨੂੰ ਮਿਸਾਲ ਦੇ ਤੌਰ 'ਤੇ ਦਿੰਦਾ, ਹੁਣ ਇਹ ਇਲੈਕਸ਼ਨਾਂ 'ਚ ਕੁਛ ਲੋਕ ਹਾਰ ਗਏ ਨੇ, ਬੜੇ ਨਾਮਵਰ ਸ਼ਖਸੀਅਤਾਂ ਆ ਰਹੀਆਂ ਨੇ, ਅਤੇ ਜਦੋਂ ਹਾਰ ਗਏ ਨੇ ਕਹਿੰਦੇ ਜੀ ਮੈਂ ਸਿਆਸਤ ਤੋਂ ਸੰਨਿਆਸ ਲੈ ਰਿਹਾ, ਇਹ ਨਹੀਂ ਕਹਿੰਦੇ ਲੋਕਾਂ ਨੇ ਠੋਡੇ ਮਾਰ ਕੇ ਬਾਹਰ ਖੜੇ ਕਰ ਦਿੱਤੇ। ਇੱਕ ਬੰਦਾ ਵੈਨਕੂਵਰ ਸਾਈਡ ਤੋਂ ਕਹਿ ਰਿਹਾ ਕਿ ਜੀ ਮੈਂ ਅੱਜ ਤੋਂ ਇੰਨੇ ਵਰੇ ਪਹਿਲਾਂ ਮੇਰੀ 2.5 ਲੱਖ ਦੀ ਪ੍ਰੈਕਟਿਸ ਸੀ, ਉਹ ਮੈਂ ਛੱਡ ਕੇ ਤੁਸੀਂ 35,000 ਦੀ ਨੌਕਰੀ ਐਜ ਏ ਐਮ ਪੀ ਪੀ ਵਜੋਂ ਸ਼ੁਰੂ ਹੋਈ। ਤਾਂ ਕਮਲਿਆ ਤੂੰ ਇਸ ਪਾਸੇ ਆਇਆ ਕਿਉਂ, ਤੈਨੂੰ 2.5 ਲੱਖ ਉਦੋਂ ਬਣਦੇ ਟਿਕਰ ਹੈ, ਹੁਣ ਵੀ ਤਾਂ ਬਾਹਰ ਖੜੋਤਾ ਨਾ। 1,20,000 ਕਈਆਂ ਨੂੰ ਮਿਲੇ, ਕਈਆਂ ਨੂੰ 1,25,000 ਡਾਲਰ ਸਾਲ ਦੀਆਂ ਪੈਨਸ਼ਨਾਂ ਲੱਗੀਆਂ, ਜਿਹਨਾਂ ਨੇ 18 ਜਾਂ 20 ਸਾਲ ਕੰਮ ਕੀਤਾ ਮੈਂਬਰ ਪਾਰਲੀਮੈਂਟ ਦੇ। ਹੁਣ ਮੇਰਾ ਸਵਾਲ ਹੈ, ਮੈਨੂੰ 43 ਸਾਲ ਹੋ ਗਏ ਨੇ ਜੀ ਕੈਨੇਡਾ 'ਚ ਰਹਿੰਦੇ, ਮੈਂ 43 ਸਾਲ 'ਚ ਇੱਕ ਦਿਨ ਵੀ ਅਨਇੰਪਲੋਇਡ ਨਹੀਂ ਹੋਇਆ। ਮੇਰੀ ਕੰਟਰੀਬਿਊਸ਼ਨ ਟੂਵਰਡਸ ਦਾ ਸਿਸਟਮ ਜਿਹੜਾ ਉਹ ਪੈਨਸ਼ਨ ਦਿੰਦੇ ਨੇ ਇਸ ਦਾ ਮੈਕਸੀਮਮ, ਇਹ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ। ਉਹਦੇ ਬਾਵਜੂਦ ਹੀ ਹਾਲਾਤ ਹੈ ਕਿ ਮੈਨੂੰ $900+ ਉਹ ਪੈਨਸ਼ਨ ਲੱਗੀ ਹੈ। ਮੇਰੇ ਨਾਲ ਤੋਂ ਜਿਹੜੇ ਸੀਨੀਅਰ ਜਿਹੜੇ ਕੈਨੇਡਾ ਇੰਡੀਆ ਤੋਂ ਆਏ ਨੇ, ਜਿਨ੍ਹਾਂ ਨੇ ਇੱਥੇ ਕੱਖ ਨਹੀਂ ਕੀਤਾ, ਉਹ ਮੀਆਂ ਬੀਬੀ $1,100 ਲੈਂਦੇ ਨੇ। ਅਤੇ ਮੈਂ ਸੋਚਦਾ ਇੱਕ ਟੈਕਸ ਪੇਅਰ, ਇੱਕ ਬੰਦੇ ਨੇ 43 ਵਰੇ ਟੈਕਸ ਪੇ ਕੀਤਾ ਅਤੇ ਮੈਨੂੰ $900 ਤਾਂ ਕੁਛ ਚੇਂਜ ਦੇ ਰਹੇ ਨੇ, ਮੈਨੂੰ ਸ਼ਰਮਸਾਰ ਹਾਂ। ਮੈਨੂੰ ਐਮ ਪੀ ਜਿਹੜੇ ਮੈਨੂੰ ਪਤਾ ਕਿ ਉਹ ਕੰਮ ਕਰਦੇ ਨੇ, ਉਹਨਾਂ ਦੀ ਜਾਇਜ਼ ਤਨਖਾਹ ਵੀ ਹੋਣੀ ਚਾਹੀਦੀ ਹੈ, ਜਾਇਜ਼ ਉਹਨਾਂ ਦੇ ਪੈਨਸ਼ਨ ਵੀ ਹੋਣੀ ਚਾਹੀਦੀ। 1,29,000 ਉਹ ਬਲੋਕ ਕੁਬੇਕ ਵਾਈਜ ਈਵਨ ਮੋਰ ਦੈਨ, ਮੇਰੇ ਖਿਆਲ ਇੰਨੀ ਕੁ ਉਹਦੀ ਵੀ ਹੈ। ਇਕਬਾਲ ਜੀ ਤੁਹਾਡੀ ਗੱਲ ਨਾਲ ਮੈਂ ਥੋੜ੍ਹੇ ਹੋਰ ਇੱਕ ਗੱਲ ਜੋੜਨੀ ਚਾਹੁੰਦਾ। ਮੈਨੂੰ ਸ਼ਾਇਦ ਇਤਰਾਜ਼ ਨਾ ਹੋਵੇ, 1,35,000 ਦੀ ਜਿਹੜੀ ਪੈਨਸ਼ਨ ਸੁਣ ਕੇ ਮੈਂ ਵੀ ਸੱਚੀ ਮੁੱਚੀ ਘਬਰਾ ਗਿਆ। ਮੈਂ ਹੈ, ਮੈਂ 26 ਸਾਲ ਇੱਥੇ ਟੀਚਿੰਗ ਕੀਤੀ ਹੈ, ਮੈਂ ਪਹਿਲਾਂ 4-5 ਸਾਲ ਯੂਨੀਵਰਸਿਟੀ 'ਚ ਆ ਕੇ ਪੜ੍ਹਿਆ, ਮੇਰੀ ਪੈਨਸ਼ਨ ਤਾਂ ਉਦੋਂ ਅੱਧੀ ਵੀ ਨਹੀਂ ਹੈ। ਪਰ ਜੇਕਰ ਕੋਈ ਜਿਹੜਾ ਐਮ ਪੀ ਜਾਂ ਐਮ ਪੀ ਪੀ ਹੈ, ਜੇ ਉਹ ਜਸਟੀਫਾਈ ਕਰਦਾ ਕਿ ਜੀ ਵਾਕਈ ਉਹ ਲੋਕਾਂ ਦੇ ਕੰਮ ਕਰਦਾ ਜਿਹੜੇ ਕੰਮ ਲਈ ਉਹਨੂੰ ਉੱਥੇ ਭੇਜਿਆ ਗਿਆ, ਤਾਂ ਸ਼ਾਇਦ ਇਹ ਜਸਟੀਫਾਈ ਹੋ ਜਾਏ। ਪਰ ਸਾਡੇ ਤਾਂ ਜਿਹੜੇ ਐਮ ਪੀ ਹੈ ਨਾ ਜਾਂ ਐਮ ਪੀ ਪੀ ਹੈ, ਉਹ ਤਾਂ ਲੋਕਾਂ ਦੀਆਂ ਉਹ ਕਹਿ ਰਹੇ ਸੀ ਜੀ ਕਿ ਮੈਂ ਤਾਂ ਜੀ ਹਰ ਇੱਕ ਦੇ ਅੱਧੇ ਘੰਟੇ ਦੇ ਨੋਟਿਸ ਉੱਤੇ ਵੀ ਆਇਆ ਸਮਾਗਮ ਉੱਤੇ, ਮੈਂ ਇੰਨੇ ਹਜ਼ਾਰ ਸਮਾਗਮ 'ਤੇ ਗਿਆ। ਸੋ ਮੇਰਾ ਸਵਾਲ ਇਹ ਹੈ ਕਿ ਅਸੀਂ ਭਾਈ ਐਮ ਪੀ ਐਮ ਪੀ ਪੀ ਜਾਂ ਕੌਂਸਲਰ ਜਿਹੜੇ ਨੇ ਉਹ ਲੋਕਾਂ ਦੇ ਸਮਾਗਮਾਂ ਵਾਸਤੇ ਨਹੀਂ ਚੁਣਦੇ, ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ। ਹਾਂਜੀ, ਲਾਅ ਮੇਕਰ ਮੇਰੀ ਕੱਲ੍ਹ ਨੂੰ ਬੇਟੀ ਦਾ ਵਿਆਹ ਹੋਣਾ, ਕੋਈ ਐਮ ਪੀ ਮੇਰੇ ਨਾਂ ਆਵੇ ਜੀ, ਪਰ ਯਾਰ ਮੇਰੀ ਗੈਸਲੀਨ ਜਿਹੜੀ ਮੈਂ ਰੋਜ਼ ਤੇਲ 'ਚ ਪਾਉਂਦਾ ਇਹ 5-7 ਸੈਂਟ ਸਸਤੀ ਵਿਕੇ, ਤਾਂ ਮੈਂ ਸੁੱਖ ਖੁਸ਼ੀ ਹੋਊਂਗਾ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਸਾਡਾ ਜਿਹੜਾ ਨਾ ਆਪਣੇ ਮੁਲਕਾਂ 'ਚ, ਆਪਾਂ ਸਾਊਥ ਹਿੰਦ ਪਾਕ ਤੋਂ ਆਏ, ਅਤੇ ਸਾਡਾ ਜਦ ਵੀ ਕੋਈ ਜਲਸਾ ਕੋਈ ਸੋਸ਼ਲ ਇਵੈਂਟ ਹੁੰਦਾ, ਅਸੀਂ ਕਿਸੇ ਖਾਸ ਐਮ ਐਲ ਏ ਨੂੰ ਜਾਂ ਕਿਸੇ ਹੋਰ ਮਿਨਿਸਟਰ ਸਾਹਿਬ ਨੂੰ ਸੱਦ ਕੇ ਆਪਣੀ ਟੌਹਰ ਬਣਾਉਂਦੇ ਜੀ, ਉਹ ਫੈਸ਼ਨ ਇੱਥੇ ਵੀ ਆ। ਤੁਸੀਂ ਗੋਰਿਆਂ ਦੇ ਵਿਆਹਾਂ ਜਾਓ, ਕੋਈ ਮੈਂਬਰ ਆਫ ਪਾਰਲੀਮੈਂਟ ਇਜ਼ ਨਾਟ ਇਨਵਾਈਟਿਡ, ਸਿਰਫ ਪਰਸਨਲ ਫਰੈਂਡਸ ਐਂਡ ਫੈਮਿਲੀ। ਹਾਂਜੀ, ਜਿਹਦੇ ਨਾਲ ਵੀ ਤੁਹਾਡੀ ਬਹੁਤ ਜ਼ਿਆਦਾ ਹਮਾ ਹਮੀ ਹੈ, ਉਹ ਇਹ ਨਹੀਂ ਤੁਹਾਡੇ ਇਲਾਕੇ ਦਾ ਐਮ ਪੀ ਹੀ ਹੈਜ਼ ਟੂ ਬੀ ਦੇਅਰ, ਨੋ, ਇਹ ਤੁਹਾਡਾ ਪਰਸਨਲ ਹੈ। ਇਕਬਾਲ ਜੀ ਮੈਂ ਫਿਰ ਇਹ ਵੀ ਕਹਿੰਦਾ ਕਿ ਇਹਦੇ ਵਿੱਚ ਜਿਹੜੇ ਸਾਡੇ ਲੀਡਰ ਚੁਣੇ, ਅਸੀਂ ਕਸੂਰਵਾਰ ਹਾਂ ਕਿ ਸਾਨੂੰ ਅਸੀਂ ਤਵੱਕੋ ਕਰਦੇ ਹਾਂ, ਅਸੀਂ ਹਿੰਦੁਸਤਾਨ ਪਾਕਿਸਤਾਨ ਵਾਲਾ ਜਿਹੜਾ ਸਾਡਾ ਕੈਰੈਕਟਰ ਹੈ, ਸਾਡਾ ਕਲਚਰ ਹੈ, ਉਹ ਟੌਹਰ ਵਾਲਾ, ਉਹ ਲੈ ਕੇ ਅਸੀਂ ਉੱਥੋਂ ਦੂਰ ਨਹੀਂ ਹੋ ਰਹੇ। ਜੇ ਇੱਕ ਐਮ ਪੀ ਆ ਕੇ ਤੁਹਾਨੂੰ ਇੱਕ ਫੱਟੀ ਜੀ ਦੇ ਜਾਂਦਾ ਜਾਂ ਤੁਹਾਨੂੰ ਸਰਟੀਫਿਕੇਟ ਦੇ ਜਾਂਦਾ, ਜਿਹੜਾ ਕਿ ਜ਼ੀਰੋ, ਕੀ ਉਹਦੀ ਵੈਲਿਊ ਹੈ? ਇਕਬਾਲ ਜੀ ਜਿਹੜਾ ਉਹ ਸਰਟੀਫਿਕੇਟ ਦਿੰਦੇ ਨੇ ਜੋ ਫਰੇਮ ਕਰਕੇ, ਮੈਂ ਰਿਕੁਐਸਟ ਕੀਤੀ ਸੀ ਵੀ ਇਹਦਾ ਕੋਈ ਸੁੱਖ ਨਹੀਂ, ਇਹਦੇ ਨਾਲ ਬਿਹਤਰ ਹੈ ਜਿਹੜਾ ਟੋਇਲਟ ਰੋਲ ਨਹੀਂ ਹੁੰਦਾ ਉਹ ਲਿਆ ਕੇ ਦੇ ਦਿਆ ਕਰਨ, ਅਤੇ ਉਹਦਾ ਐਟਲੀਸਟ ਸਕੂਲ 'ਚ ਕੋਈ ਘਰ 'ਚ ਫਾਇਦਾ ਹੋ ਸਕਦਾ, ਤੁਸੀਂ ਵਰਤ ਸਕਦੇ ਹੋ। ਪਰ ਸਾਡੇ ਲੋਕਾਂ ਨੂੰ ਇਕਬਾਲ ਜੀ ਦੂਰ ਹੋਣਾ ਚਾਹੀਦਾ ਇਸ ਗੱਲ ਦੇ ਉੱਤੋਂ, ਸਾਡੇ ਵੀ ਸ਼ੁਡ ਕਮ ਆਊਟ ਆਫ ਦੈਟ ਇੰਡੀਆ ਪਾਕਿਸਤਾਨ ਪੋਲਿਟਿਕਸ ਕਿ ਭਾਈ ਮੇਰੇ ਘਰੇ ਕੋਈ ਜੋ ਫਿਰ ਕੀ ਹੋ ਗਿਆ ਜੀ, ਮੈਂ ਆਪਣੀਆਂ ਦੋ ਬੇਟੀਆਂ ਦੇ ਵਿਆਹ ਕੀਤੇ ਆ, ਮੈਂ ਕਦੇ ਘਰੇ ਇਕਬਾਲ ਨਹੀਂ ਕਰਿਆ, ਮੈਂ ਤੇ ਪਿੱਛੇ ਆਰਾਮ ਨਾਲ ਬੈਠਾ ਸੀ। ਮੈਂ ਪਰਸਨਲ ਫੰਕਸ਼ਨ ਰਵਾਇਆ ਨਾ, ਮੈਂ ਪਬਲਿਕ ਫੰਕਸ਼ਨ ਕਰਦਾ, ਮੈਂ ਜਿੱਦਾਂ ਸ਼ੋਅ ਕਰਦਾ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਕਦੀ ਵੀ ਕਿਸੇ ਨੂੰ ਇਨਵਾਈਟ ਨਹੀਂ ਕੀਤਾ। ਕਈ ਵਾਰੀ ਮੈਨੂੰ ਉਹਨਾਂ ਦਾ ਸੁਨੇਹਾ ਆਉਂਦਾ ਕਿ ਤੁਸੀਂ ਮੈਨੂੰ ਸੱਦਿਆ ਕਿਉਂ ਨਹੀਂ, ਮੈਂ ਕਿਹਾ ਜੀ ਲੋਕ ਪ੍ਰੋਗਰਾਮ ਵੇਖਣ ਆਉਂਦੇ ਨੇ, ਫੋਰ ਐਗਜ਼ਾਮਪਲ ਜਗਜੀਤ ਸਿੰਘ ਨੂੰ ਲੋਕ ਸੁਣ, ਉਹਨੂੰ ਉਹਦੀ ਗਜ਼ਲ ਸੁਣਨ ਆਏ ਨੇ ਜੀ, ਉੱਥੇ ਮੈਂ ਆਪਣਾ ਮੈਂਬਰ ਆਫ ਪਾਰਲੀਮੈਂਟ ਸਟੇਜ 'ਤੇ 15 ਮਿੰਟ ਆਪਣੀਆਂ ਸਿਫਤਾਂ 'ਚ ਆਪਣੀ ਸਰਕਾਰ ਦੀਆਂ ਸਿਫਤਾਂ ਕਰਨ ਲਈ ਕਿਉਂ ਬੁਲਾਵਾਂ? ਵਾਈ ਹੀ ਉਹਦੀ ਉਹ ਨਾ ਜ਼ਿੰਮੇਵਾਰੀ ਆ,
ਨਾ ਮੇਰਾ ਫਰਜ਼ ਬਣਦਾ ਉਹਨੂੰ ਉੱਥੇ ਲਿਆਉਣ ਦਾ। ਮੈਂ ਕਿਸੇ ਵੀ ਆਪਣੇ ਸ਼ੋਅ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਕੋਈ ਆਪਣੀ ਮਰਜ਼ੀ ਨਾਲ ਕਹਿ ਕੇ ਆ ਜਾਵੇ, ਫਿਰ ਬੰਦਾ ਕਹਿੰਦਾ ਚਲੋ ਇਹ ਕਰਟਸੀ ਹੈ ਵੀ ਬੰਦੇ ਨੇ ਕਿਹਾ ਮੂੰਹ ਥਕਾਇਆ। ਤਾਂ ਮੇਰੀ ਬੇਨਤੀ ਹੁੰਦੀ ਹੈ ਜੀ 3 ਮਿੰਟ ਤੋਂ ਬਾਅਦ ਹੇਠਾਂ ਉਤਰਿਆ, ਨਹੀਂ ਮੈਂ ਉੱਪਰ ਆ ਜਾਣਾ। ਪੀਪਲ ਡੋਂਟ, ਸਾਡਾ ਆਪਣਾ ਕਸੂਰ ਹੈ ਜੀ, ਮੈਂ MP ਨੂੰ ਕਿਉਂ ਬਦਨਾਮ ਕਰੀਏ? ਜੇ ਅਸੀਂ ਖੁਦ ਚੰਗੇ ਰਾਹ 'ਤੇ ਉਹਨਾਂ ਨੂੰ ਤੋਰਾਂਗੇ ਤੁਰ ਪੈਣਗੇ। ਹਾਂਜੀ, ਇਹ ਗੋਇੰਗ ਬੈਕ ਟੂ ਦਾ ਸੇਮ ਦੀ ਟੋਪਿਕ ਦਾ ਮੇਨ ਟੋਪਿਕ ਫਾਰ ਟੂਡੇਜ਼ ਡਿਸਕਸ਼ਨ, ਫਿਰ ਆਪਾਂ ਉਸੇ ਗੱਲ 'ਤੇ ਆਉਂਦੇ ਹਾਂ ਕਿ ਇਹ ਫਜ਼ੂਲ ਖਰਚੀ ਆ ਮੇਰੇ ਖਿਆਲ ਦੇ ਵਿੱਚ ਸੂਬੇ ਲਈ। ਅਤੇ ਅਸੀਂ ਜਿਸ ਸੋਸਾਇਟੀ 'ਚ ਆ ਗਏ ਹਾਂ ਜਾਂ ਆਪਣਾ ਚੂਜ਼ ਕੀਤਾ ਹੋਣ, ਇੱਥੇ ਸਾਨੂੰ ਫਰੀਡਮ ਆਫ ਸਪੀਚ ਦੀ ਔਰ ਸਵਾਲ ਪੁੱਛਣ ਦੀ ਆਜ਼ਾਦੀ ਹੈ ਜੀ ਜੀ। ਮੇਨ ਮਕਸਦ ਇਹ ਵੀ ਹੈ ਜਨਤਾ ਨੂੰ ਮੇਰੇ ਵੱਲੋਂ ਅਤੇ ਇਹ ਸਿੱਖਿਆ ਦੇਣ ਦਾ ਕਿ ਯੂ ਸ਼ੁੱਡ ਥਿੰਕ ਅਬਾਊਟ ਇਟ, ਨਾਟ ਜਸਟ ਬੀ ਹੈਪੀ ਕਿ ਬਈ ਆ ਗਏ ਨੇ ਜੀਆਂ ਨੂੰ ਪਰਾਉਣੇ ਨੇ ਸਾਡੇ, ਦੈਟ ਇਜ਼ ਨੋ ਟੂ ਥਿੰਗਸ, ਬਟ what is the economic benefit, how is it beneficial for you, your family, your mortgage, your day to day expense? Absolutely. jada inna paisa kharcha ja raha hai ohde naal bahut sariyan cheezan jehdiyan naviyan paida kitiyan ja sakdiyan, insurance policies nave drivers nu te mil hi nahi rahiyan aur jehdiyan puraniyan ne uskai hai ohiyan, main phir is gall utte vi auna chahunda hai ke dono partiyan jehdiyan ya conservatives vi te dusre apne liberals vi ਇਹਨਾਂ ਨੇ ਇਹ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀਗੀਆਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਜਿਹੜੀ ਹੈਗੀ ਹੈ ਇੰਸ਼ੋਰੈਂਸ ਉਹਦਾ ਕੋਈ ਨਾ ਕੋਈ ਇਲਾਜ ਕਰਾਂਗੇ, ਕੋਈ ਇਲਾਜ ਨਹੀਂ ਹੋਇਆ। ਮੇਰਾ ਭਤੀਜਾ ਵੱਧ ਗਈ ਵੱਧ ਗਈ ਹਾਂ ਭਤੀਜਾ ਜੀ, ਮੇਰਾ ਭਤੀਜਾ ਕਿ ਮੇਰੀ ਵਾਈਫ ਦਾ ਭਤੀਜਾ, ਉਹ ਵਿਚਾਰਾ ਡਰਾਈਵਰ, ਉਹਨੂੰ ਮੈਂ ਕੱਲ੍ਹ ਆਪਣੀ ਕਾਰ ਦੇ ਤੀ ਅਤੇ ਜਦੋਂ ਮੈਂ ਇੰਸ਼ੋਰੈਂਸ ਕਰਾਉਣ ਗਿਆ ਜੀ ਤਾਂ ਕਦੇ ਇੰਸ਼ੋਰੈਂਸ ਹੋ ਹੀ ਨਹੀਂ ਸਕਦੀ ਇਹਦੀ, ਬ੍ਰੈਂਪਟਨ ਵਿੱਚ ਅਕਵਾਲ ਖਾਸ ਤੌਰ 'ਤੇ ਨਹੀਂ ਹੋ ਸਕਦਾ ਜਿਹੜਾ ਪਰਟੀਕੂਲਰਲੀ ਸਪ੍ਰਿੰਗਡੇਲ ਏਰੀਆ, ਉੱਥੇ ਮੈਨੂੰ ਕਿਹਾ ਕਿ ਜੀ ਜੇ ਉਸ ਇਲਾਕੇ 'ਤੇ ਤੁਸੀਂ ਰਹਿੰਦੇ, ਜੇ ਤੁਹਾਡੀ ਹੋ ਚੁੱਕੀ ਹੈ ਸਪਾਈਨ, ਜੇ ਤੁਸੀਂ ਨਵਾਂ ਜਗ੍ਹਾ ਕਰਾਓ, ਉਹਨਾਂ ਨੇ ਕੰਪਨੀਆਂ ਨੇ ਆਪਣੇ ਏਜੰਟਸ ਨੂੰ ਕਿਹਾ ਕਿ ਪਲੀਜ਼ ਡੋਂਟ। ਹਾਂਜੀ, ਉਹਦਾ ਕਾਰਨ ਕੀ ਹੈ, ਉਹ ਇਲਾਕਾ ਬਦਨਾਮ ਕਿਉਂ ਹੋ ਰਿਹਾ? ਨੰਬਰ 1, ਜਦ ਕਦੀ ਵੀ ਕੋਈ ਡਰੱਗ ਵਾਲਾ ਬਾਰਡਰ 'ਤੇ ਫੜਿਆ ਜਾਂਦਾ, ਫਟ ਆਉਂਦਾ ਵੀ ਬ੍ਰੈਂਪਟਨ ਦਾ ਰਹਿਣ ਵਾਲਾ ਸੀ। ਇਹੀ ਹਾਲ ਕਾਰ ਇੰਸ਼ੋਰੈਂਸਾਂ 'ਚ ਵੀ ਕੁਛ ਫਰੋਡ ਹੋਏ ਹੋਣਗੇ, ਜਿਸ ਕਰਕੇ ਸਾਡੀ ਰੈਪੂਟੇਸ਼ਨ, ਮੈਂ ਅਤੇ ਜਿਹੜੇ ਵੀਰ ਭਾਈ ਪ੍ਰੋਗਰਾਮ ਵੇਖ ਰਹੇ ਉਹਨਾਂ ਬੇਨਤੀ ਕਰਾਂਗੇ, ਆਪਣਾ ਅਕਸ ਉਸਾਰੋ। ਅਸੀਂ ਇਸ ਮੁਲਕ 'ਚ ਹੁਣ ਕਿਤੇ ਭੱਜ ਕੇ ਹੋਰ ਚੰਦ 'ਤੇ ਨਹੀਂ ਜਾਣ ਲੱਗੇ, ਅਸੀਂ ਬ੍ਰੈਂਪਟਨ ਰਹਿੰਦੇ, ਟੋਰਾਂਟੋ ਰਹਿੰਦੇ, ਸ਼ਹਿਰ ਬਦਲ ਹੋ ਸਕਦਾ, ਪਰ ਸਾਡਾ ਹੁਣ ਇਹ ਨਵਾਂ ਮੁਲਕ ਹੈ ਜਿੱਥੇ ਕਿ ਅਸੀਂ ਜ਼ਿੰਦਗੀ ਦਾ ਬਾਕੀ ਸਮਾਂ ਗੁਜ਼ਾਰਨਾ। ਤੋ ਇੱਥੇ ਆਪਣਾ ਸੁਧਾਰੋ, ਚੰਗੀਆਂ ਕੰਮਾਂ 'ਚ ਕਿਰਤ ਕਰੋ, ਜਿਸ ਮਜ਼ਹਬ ਨੂੰ ਕਰਦੇ ਮੈਨੂੰ ਕੋਈ ਫਰਕ ਰੱਬ ਤੱਕ ਪਹੁੰਚਣ ਦੇ ਡਿਫਰੈਂਟ ਤਰੀਕੇ ਨੇ, ਤੁਹਾਡਾ ਆਪਣਾ ਐਵੇਨਿਊ ਕੋਈ ਨਹੀਂ, ਪਰ ਤੁਸੀਂ ਇੱਕ ਚੰਗੇ ਸ਼ਹਿਰੀ ਬਣੋ, ਨਾਗਰਿਕ ਬਣੋ ਇਸ ਮੁਲਕ ਦੇ, ਤਾਂ ਕਿ ਸਾਡੀ ਜਿੱਥੇ ਅਸੀਂ ਥੋੜ੍ਹੀ ਸਾਊਥ ਏਸ਼ੀਆ, ਵੀ ਸ਼ੁੱਡ ਬੀ ਪ੍ਰਾਊਡ ਆਫ ਈਚ ਅਦਰ, ਯਾਰ ਸਾਡੀ ਕਮਿਊਨਿਟੀ ਨੇ ਆਹ ਚੰਗਾ ਕੰਮ ਕੀਤਾ, ਆਹ ਕੀਤਾ। ਹੁਣ ਜਦੋਂ ਇੱਥੇ ਹੋਸਪਿਟਲ ਬਣਿਆ ਸੀ ਤਾਂ ਸਭ ਤੋਂ ਵੱਧ ਡੋਨੇਸ਼ਨ ਸਾਡੀ ਕਮਿਊਨਿਟੀ ਨੇ ਦਿੱਤੀ ਸੀ, ਮਿਲੀਅਨਸ ਆਫ ਡਾਲਰਸ, ਸੋ ਵੀ ਫੀਲ ਪ੍ਰਾਊਡ ਕਿ ਸਾਡੀ ਕਮਿਊਨਿਟੀ ਇੰਨਾ ਚੰਗਾ ਕੰਮ ਵੀ ਕੀਤਾ। ਤਾਂ ਮੈਂ ਚਾਹਾਂਗਾ ਕਿ ਇੱਕ ਹੋਰ ਗੱਲ ਵੀ ਮੈਂ ਨਾਲ ਕਰਨੀ ਚਾਹੁੰਦਾ ਸੀ ਕਿ ਆਪਾਂ ਜਿਵੇਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਾਡੇ ਰੈਪ੍ਰਜੈਂਟੇਟਿਵ ਜਿਹੜੇ ਆਪਾਂ ਚੁਣਦੇ ਹਾਂ, ਬਹੁਤ ਵੱਡਾ ਇੱਕ ਮਸਲਾ ਹੈ ਕਿ ਇੰਪਲੋਇਮੈਂਟ ਏਜੰਸੀਜ਼, ਉਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਉਹ ਦੇਖੋ ਜੀ, ਆਪ $17 ਲੈਂਦੇ ਆ, ਉਹ ਜਿਹੜੇ ਇੰਪਲੋਇਮੈਂਟ ਏਜੰਸੀ ਦੇ ਡੂ ਦ ਡਰਟੀ ਵਰਕ ਫॉर ਦ ਕੰਪਨੀਜ਼ ਫॉर ਦ ਕਾਰਪੋਰੇਸ਼ਨ, ਉਦੋਂ ਇਕਬਾਲ ਜੀ $18 ਲੈ ਕੇ $10 ਲੈ ਕੇ ਬਾਕੀ 10-12 ਦੋ ਦਿਨ ਹੁੰਦੇ ਹੁੰਦੇ ਆ, ਇਹਨਾਂ ਕੰਮਾਂ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਡੂ ਵੀ ਨੀਡ ਦਿਸ ਏਜੰਸੀ, ਸਾਡੇ ਜਿਹੜੇ ਜਦਕਿ ਗਵਰਨਮੈਂਟ ਦਾ ਮੈਨ ਪਾਵਰ ਇਸ ਕੰਮ ਨੂੰ ਹੁੰਦਾ ਨਹੀਂ ਸੀ ਜਦ ਮੈਂ ਪਹਿਲਾਂ ਆਇਆ ਤੇ ਏਜੰਸੀ, ਜਿਹੜੇ ਸਾਡੇ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ MP MPs ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਸਮਾਗਮਾਂ ਉੱਤੇ ਸੱਦ ਲਿਆ ਕਰੋ, ਕੋਈ ਗੱਲ ਨਹੀਂ, ਉਹਦਾ ਸੱਦਣ ਦੀ ਜ਼ਰੂਰਤ ਵੀ ਨਹੀਂ ਹੈ, ਪਰ ਆਹ ਕੰਮ ਕਰਾਓ ਉਹਨਾਂ ਤੋਂ, ਬਿਲਕੁਲ ਉਹਨਾਂ ਕੋਲ ਜਵਾਬ ਲਵੋ ਤੁਸੀਂ ਉਹਨਾਂ ਨੂੰ ਕਿਉਂ ਚੁਣਿਆ, ਕੌਣ ਇੰਸ਼ੋਰੈਂਸ ਕਿਉਂ ਬਦਲ ਰਿਹਾ, ਆਦਮੀ ਹੋਵੇ ਜਾਂ ਔਰਤ ਜਿਹੜਾ ਜਾ ਕੇ ਬੋਲ ਸਕੇ। ਜੇਕਰ NDP ਪਾਰਟੀ ਨੇ ਰਾਜ ਕੀਤਾ BC ਦੇ ਵਿੱਚ, NDP ਨੇ ਰਾਜ ਕੀਤਾ ਆਪਣੇ ਮੈਨੀਟੋਬਾ ਦੇ ਵਿੱਚ, ਉਹਨਾਂ ਨੇ ਗਵਰਨਮੈਂਟ ਦੀ ਕਰਤੀ ਹੈ ਜਿਹੜੀ ਇੰਸ਼ੋਰੈਂਸ ਹੈ, ਔਰ ਉੱਥੇ ਜਾ ਕੇ ਦੇਖੋ ਜੇ ਅਸੀਂ $100 ਦੇ ਰਹੇ ਨਾ ਇੱਥੇ, ਉਹ $12 ਦੇ ਰਹੇ, $20 ਦੇ ਰਹੇ ਆ, ਉੱਥੇ ਹੋ ਸਕਦੀ, ਇੱਥੇ ਕਿਉਂ ਨਹੀਂ ਹੋ ਸਕਦੀ? ਐਬਸੋਲਿਊਟਲੀ ਹੋ ਸਕਦਾ। ਤੁਸੀਂ ਨੈਰੋ ਡਾਊਨ ਕੀਤਾ ਬ੍ਰੈਂਪਟਨ 'ਤੇ, ਅਤੇ ਬ੍ਰੈਂਪਟਨ ਦਾ ਜਿਹੜਾ ਬਹੁਤ ਕਰੰਟ ਵਿਸ਼ਾ ਉਹਦੇ ਬਾਰੇ 'ਚ ਇੱਕ ਦੋ ਮਿੰਟ ਟੱਚ ਕਰਨਾ ਚਾਹਾਂਗੇ, ਜਿਹੜਾ ਬੇਸਮੈਂਟ ਦਾ ਰੌਲਾ ਪਿਆ। ਵਾਟ ਆਰ ਯੋਰ ਵਿਊਜ਼ ਔਨ ਦੈਟ? ਵੀ ਆਲ ਲਿਵ ਇਨ ਬ੍ਰੈਂਪਟਨ, ਜਦੋਂ ਵੀ ਕੋਈ ਸਬ ਡਿਵੀਜ਼ਨ ਬਣਦਾ ਤਾਂ ਉਹ ਆਪਣਾ ਨਕਸ਼ਾ ਪਾਸ ਕਰਾਉਂਦੇ ਨੇ ਜੀ, ਅਤੇ ਜਿਹੜੇ ਮੈਨੂੰ ਯਾਦ ਹੈ ਕਿ ਜਦੋਂ ਪਿਛਲੀਆਂ ਹੋਈਆਂ ਸੀ ਨਾ ਇਲੈਕਸ਼ਨਾਂ, ਉਦੋਂ ਕਿਹਾ ਕਿ ਸਕੂਲ ਬੱਸ ਇੱਧਰ ਕਿਉਂ ਨਹੀਂ ਆ ਰਹੀ, ਉਹ ਕਹਿੰਦੇ ਜੀ ਇੱਧਰ ਕਿਉਂਕਿ ਸੜਕਾਂ ਸੌੜੀਆਂ ਨੇ, ਛੋਟੀਆਂ ਨੇ ਸੜਕਾਂ, ਤਾਂ ਛੋਟੀਆਂ ਨੇ ਕਿਉਂਕਿ ਉਹਨਾਂ ਨੇ ਮਕਾਨ ਬਣਾਉਣ ਲਈ ਜ਼ਿਆਦਾ ਬਣਾ ਲਿਆ, ਸਮਝ ਗਏ, ਜਗ੍ਹਾ ਤਾਂ 19 ਸੀ। ਸੋ ਇਹ ਜਿਹੜਾ ਜੋ ਕੁਛ ਵੀ ਪਲੈਨਿੰਗ ਹੁੰਦੀ ਆ ਇਹ ਸਿਟੀ ਹਾਲ ਦੀ ਮਨਜ਼ੂਰੀ ਨਾਲ ਹੁੰਦੀ ਹੈ, ਅਤੇ ਹੁਣ ਇੰਨੇ ਘਰ ਛੱਤੇ ਗਏ ਨੇ, ਉਹਦੇ ਦਰਵਾਜ਼ੇ ਸਾਈਡ ਤੋਂ ਨਿਕਲੇ ਨੇ, ਅਤੇ ਆਲ ਆਫ ਸਡਨ ਸੰਬੜੀ ਕੰਮ ਨੇ ਟੈਲ ਕੇ ਨਹੀਂ ਉਹ ਸਾਰੇ ਬੰਦ ਕਰੋ, ਇਟਸ
doesn't make sense to me. ਇੱਕ ਹੋਰ ਗੱਲ ਵੀ ਇਹਦੇ ਨਾਲ ਹੈਗੀ ਹੈ, ਮੈਂ ਨਜ਼ਰੀਆ ਸਮਝਦਾ ਸਕੂਲ ਬੋਰਡ ਦਾ ਖਾਸ ਤੌਰ 'ਤੇ, ਕਿ ਸਕੂਲ ਬੋਰਡ ਨੇ ਜਿਹੜਾ ਸਕੂਲ ਕ੍ਰੀਏਟ ਕਰਨਾ, ਉਹ ਪੁੱਛਦੇ ਆ ਕਿ ਜੀ ਇਸ ਸਬ ਡਿਵੀਜ਼ਨ ਦੇ ਵਿੱਚ ਕਿੰਨੇ ਘਰ ਹੋਣਗੇ, ਤਾਂ ਜਿਹੜਾ ਸਿਟੀ ਹੈ ਉਹ ਸਕੂਲ ਬੋਰਡ ਨੂੰ ਦੱਸਦੀ ਹੈ ਕਿ ਫਰਜ਼ ਕਰੋ ਜੀ ਇੱਥੇ 200 ਘਰ ਹੋਣਗੇ, ਠੀਕ ਹੈ, ਤਾਂ ਉਹਨਾਂ ਨੇ ਉਹਨਾਂ ਦੀ ਪ੍ਰੋਜੈਕਸ਼ਨ ਹੈ ਕਿ 200 ਘਰ ਦੇ ਵਿੱਚੋਂ ਡੇਢ ਦੇ ਹਿਸਾਬ ਨਾਲ ਡੇਢ ਬੱਚਾ ਪਰ ਹਾਊਸ ਆਏਗਾ ਅਤੇ 300 ਲਈ ਹੈ, ਲੇਕਿਨ ਜਦੋਂ 300 ਦੀ ਬਜਾਏ ਉੱਥੇ ਬੱਚਾ ਤਾਂ ਆ ਗਿਆ 600, ਤਾਂ ਪ੍ਰੋਬਲਮ ਆਉਂਦੀ ਹੈ। ਮਗਰ ਇਹ ਗੱਲਾਂ ਜਿਹੜੀਆਂ ਹੈਗੀਆਂ, ਮੈਂ ਸਿਟੀ ਨੂੰ ਇਹਦੇ ਇਸ ਲਈ ਜ਼ਿੰਮੇਵਾਰ ਕਹਾਉਣਾ ਕਿ ਉਹ ਲੋਕ ਜਿਹੜੇ ਬਿਲਡਰਸ ਹੈ, ਬਿਲਡਰ ਅਤੇ ਉਹਨਾਂ ਦੀ ਮੇਰਾ ਖਿਆਲ ਹੈ ਕਿ ਮਿਲੀ ਭੁਗਤ ਹੈ, ਉਹ ਬਿਲਡਰਸ ਨੂੰ ਚਾਹੀਦਾ ਕਿ ਭਾਈ ਇਹ ਸਿੰਗਲ ਫੈਮਿਲੀ ਡਿਵੈਲਿੰਗ ਹੈ, ਜਿਹੜਾ ਬਿਲਡਰ ਹੈ ਉਹ ਦੱਸਦਾ ਹੀ ਨਹੀਂ ਘਰ ਖਰੀਦਣ ਵਾਲੇ ਨੂੰ ਕਿ ਭਾਈ ਇੱਕ ਫੈਮਿਲੀ ਰਹਿਣੀ ਹੈ ਇੱਥੇ, ਤੂੰ ਇੱਥੇ ਬੇਸਮੈਂਟ ਨਹੀਂ ਬਣਾ ਸਕਦਾ। ਉਹ ਸਗਾਂ ਟੈਸਿਟਲੀ ਇਹ ਗੱਲ ਉਹਨਾਂ ਦੇ ਦਿਮਾਗ 'ਚ ਪਾਉਂਦੇ ਆ ਕਿ ਭਾਈ ਤੁਸੀਂ ਬੇਸਮੈਂਟ ਬਣਾ ਲਿਓ। ਇਸੇ ਕਰਕੇ ਜਿਹੜਾ 3000 ਅਤੇ 3 ਲੱਖ ਵਾਲਾ ਘਰ ਹੈ ਉਹ 5 ਲੱਖ ਦਾ ਹੋ ਗਿਆ। ਹੁਣ ਜਾਂ ਤਾਂ ਤੁਸੀਂ ਜਿਹੜੀ ਸਾਡੀ ਸਿਟੀ ਹੈ ਉਹ ਅਫੋਰਡੇਬਲ ਹਾਊਸਿੰਗ ਉਹਨਾਂ ਲੋਕਾਂ ਵਾਸਤੇ ਪ੍ਰੋਵਾਈਡ ਕਰੇ ਜਿਹੜੇ ਜਾਂ ਤਾਂ ਨਵੇਂ ਆਏ ਹੋਏ ਆ ਜਾਂ ਜਿਹੜੇ ਹਾਊਸਿੰਗ ਜਿਹੜੇ ਅਫੋਰਡ ਨਹੀਂ ਕਰ ਸਕਦੇ, ਉਹ ਵਿਚਾਰੇ ਕਿੱਥੇ ਜਾਣਗੇ? ਬੇਸਮੈਂਟ ਜਿਨ੍ਹਾਂ ਨੇ ਬੇਸਮੈਂਟਾਂ 'ਚ, ਤੁਸੀਂ ਅੱਜ ਸਾਰਿਆਂ ਨੂੰ ਬੇਸਮੈਂਟਾਂ 'ਚੋਂ ਕੱਢਦੇ ਹੋ, ਉਹ ਕਿੱਧਰ ਜਾਣਗੇ ਜਿਹੜੇ ਲੋਕ ਆ? ਅਲਟਰਨੇਟਿਵ ਕੋਈ ਨਹੀਂ ਹੈ। ਇਹ ਲੋਕਾਂ ਨੂੰ ਤੰਗੀ ਦਿੱਤੀ ਜਾ ਰਹੀ। ਮੋਰ ਓਵਰ ਕਹਿੰਦੇ ਜੀ ਅਸੀਂ ਤਾਂ ਦੇ ਰਹੇ ਹਾਂ ਕਿਉਂਕਿ ਜਿਹੜਾ ਅਕਵਾਲ ਜੀ ਤੁਹਾਡਾ ਇਸ ਪਾਸੇ ਘਰ ਹੈ, ਮੇਰਾ ਇਸ ਪਾਸੇ ਘਰ ਹੈ, ਅਤੇ ਜਿਹੜਾ ਵਿਚਾਲੜਾ ਹੈ ਉਹ ਜਗ੍ਹਾ ਕਹਿੰਦੇ ਥੋੜ੍ਹੀ ਹੈ, ਉਹ ਥੋੜ੍ਹੀ ਕਿਹਨੇ ਰੱਖੀ ਹੈ? ਮੈਂ ਰੱਖੀ ਹੈ। ਤੁਹਾਡੀ ਜ਼ਿੰਮੇਵਾਰੀ ਸੀ, ਕਿਉਂ ਕਿਉਂ ਨਹੀਂ ਵੱਡੀ ਰੱਖੀ? ਹੁਣ ਤੁਹਾਨੂੰ ਚੇਤਾ ਆ ਗਿਆ, ਹੁਣ ਚੇਤਾ ਆ ਗਿਆ, ਹੁਣ ਉਹ ਕਹਿੰਦੇ ਜੀ ਬੰਦ ਕਰੋ। ਸੋ ਇਸ ਲਈ ਇਹ ਵਾਧੂ ਲੋਕਾਂ ਉੱਤੇ ਬੋਝ ਪਾਇਆ ਜਾ ਰਿਹਾ, ਇਹਦਾ ਕੋਈ ਚੰਗਾ ਹੱਲ ਨਿਕਲਣਾ ਚਾਹੀਦਾ। ਬਿਲਕੁਲ ਸਰ, ਮੈਂ ਕਮਿਊਨਿਟੀ ਦੇ ਨੂੰ ਇਹ ਵੀ ਕਹਾਂਗਾ ਕਿ ਇਹਦੇ ਬਾਰੇ 'ਚ ਸਾਨੂੰ ਫੀਡਬੈਕ ਦੇਣ, ਸਪੈਸ਼ਲੀ ਬਰੈਂਪਟਨ ਦਾ ਜਿਹੜਾ ਕਰੰਟ ਇਸ਼ੂ ਹੈ ਉਹਦੇ ਬਾਰੇ 'ਚ ਪਹਿਲੇ, ਔਰ ਆਈਫਾ ਅਵਾਰਡ ਦੇ ਉੱਪਰ ਵੀ ਸਾਨੂੰ ਫੀਡਬੈਕ ਭੇਜਣ। ਅਸੀਂ ਸਕਰੀਨ 'ਤੇ ਸਾਰੇ ਐਡਰੈਸ ਦਾਂਗੇ, ਔਰ ਸਾਨੂੰ ਦੱਸਣ ਕਿ ਅਸੀਂ ਕੀ ਕੁਐਸਚਨ ਕਰੀਏ ਸਰਕਾਰ ਨੂੰ, ਔਰ ਸਰਕਾਰ ਨੂੰ ਇਸ ਚੀਜ਼ ਨੂੰ ਟਰਾਂਸਪੇਰੈਂਟ ਬਣਾਉਣਾ ਚਾਹੀਦਾ ਹੈ ਕਿ ਵਾਟ ਦੇ ਆਰ ਸਪੈਂਡਿੰਗ, ਵਾਟ ਵੀ ਆਰ ਗੈਟਿੰਗ, ਬਿਕੋਜ਼ ਐਂਡ ਆਫ ਦ ਡੇ ਨਾ ਕੰਜ਼ਰਵੇਟਿਵ ਦੇ ਪੈਸੇ ਨੇ, ਨਾ ਲਿਬਰਲ ਦੇ ਨੇ, ਨਾ ਐਨਡੀਪੀ ਦੇ, ਨਾ ਤੁਹਾਡੇ ਮੇਰੇ ਨੇ, ਜਿਵੇਂ ਆਪਣੇ ਜੇਬ ਵਿੱਚ ਜਾਣੇ। ਬਿਲਕੁਲ, ਐਂਡ ਆਫ ਦ ਡੇ ਇਟ ਇਜ਼ ਆਵਰ ਮਨੀ, ਵਨ ਵੇ ਔਰ ਦੀ ਅਦਰ। ਠੀਕ ਹੈ ਜੀ, ਆਈ ਥੈਂਕ ਯੂ ਸਰ ਵਨਸ ਅਗੇਨ ਵੈਰੀ ਮੱਚ ਕਿ ਤੁਸੀਂ ਆਏ, ਸਮਾਂ ਕੱਢਿਆ ਔਰ ਅਸੀਂ ਗੱਲਬਾਤ ਕੀਤੀ, ਐਂਡ ਆਈ ਹੋਪ ਦਿਸ ਕਨਵਰਸੇਸ਼ਨ ਬਿਕਮਸ ਕੰਸਟਰਕਟਿਵ। ਥੈਂਕ ਯੂ, ਐਂਡ ਆਈ ਥੈਂਕ ਮਾਈ ਆਡੀਅੰਸ ਆਲਸੋ ਟੂ ਵਾਚਿੰਗ ਇਟ। ਆਈ ਹੋਪ ਅਸੀਂ ਇਸ ਤੋਂ ਕੋਈ ਸਿੱਖਿਆ ਲਵਾਂਗੇ ਔਰ ਕੋਈ ਕੰਸਟਰਕਟਿਵ ਚੀਜ਼ ਬਾਹਰ ਆਏਗੀ। ਡੂ ਸੈਂਡ ਅਸ ਯੋਰ ਫੀਡਬੈਕ। लड़की अपनी स्किन की वजह से परेशान हो तो फिकर की क्या बात है, लेजर स्पॉट है ना? लेजर स्पॉट, फोटो फेशियल, थर्माज, एंटी एजिंग, लेजर हेयर रिमूवल, लेजर स्पॉट, वेयर ब्यूटी मीट्स एलिगेंट प्रोफेशनल्स। लेजर स्पॉट, हाईवे 10 और क्वींस के संगम पर। कॉल शैला 9054872680। ਫਰਨੀਚਰ ਖਰੀਦਣ ਦੇ 2 ਤਰੀਕੇ ਹੁੰਦੇ ਹਨ। ਪਹਿਲਾ ਤਾਂ ਤੁਸੀਂ ਸਾਰੀ ਦਿਹਾੜੀ ਗੇੜੇ ਕੱਢੋ ਤੇ ਘਰ ਨੂੰ ਵਾਪਸ ਆ ਜਾਓ, ਜਾਂ ਫਿਰ ਇੱਕ ਜਗ੍ਹਾ ਜਾਓ ਤੇ ਸਾਰਾ ਪਸੰਦ ਦਾ ਫਰਨੀਚਰ ਘਰ ਲੈ ਆਓ। ਨੋਬਲ ਫਰਨੀਚਰ ਤੇ ਲੱਗ ਗਈ ਹੈ ਭਾਰੀ ਸੇਲ, ਘੱਟ ਕੀਮਤਾਂ ਤੇ 100 ਸਾਰ ਫਰਨੀਚਰ। ਆਪਣੇ ਘਰ ਦਾ ਸ਼ਿੰਗਾਰ ਬਣਾਉਣ ਲਈ ਨੋਬਲ ਫਰਨੀਚਰ ਦੀ ਕਿਸੇ ਵੀ ਬ੍ਰਾਂਚ ਤੇ ਪਹੁੰਚੋ। 905-790-6790, ਨੋਬਲ ਫਰਨੀਚਰ। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਿਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਾਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911। अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम, साइंस टू गो। जहां जदीद टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स आपके बजट और आपके वक्त पे बनाए जाते हैं। आपका काम सिर्फ सोचना है, क्योंकि प्रिंट योर थॉट्स। साइंस टू गो। Welcome to yet another episode of Breakfast Buzz, where we do make an attempt, and I would say an honest attempt, to educate new Canadians and youth how to understand the social and political system of the country and how they could best be
rendering their services in that direction. And so to understand it, what questions they have, what feedback they have, we always welcome it. Today, of all people, we have a Canadian senator, Begum Salma Ataullah Jan, who has been a senator, been appointed a senator very recently by Prime Minister Stephen Harper. Welcome, Salma ji. Good morning. Good morning. Let's begin with this talk that what is a senator? Honestly speaking, most people, especially the new Canadians, don't even understand what a senator is because it's not an elected post. It's a nominated post. How does it work? What is it all about? Well, the Senate was came into being in 1867. And jo Senate hai, wo us waqt landed gentry ke liye thi. To senator banne ke liye us zamane mein, 1867 mein, aapki, you had to have property worth $4,000. To wo rule jo hai, ab tak enforce hai. And this is the upper house. You have the House of Commons and then you have the Senate which is appointed. And there's 105 senators, 105 senators hai, and they are appointed generally, and they look at various aspects. You know, some are political appointments, some are outstanding people, you know. And the Senate basically, whatever jo bills House of Commons mein pass hote hain, wo Senate aake wahan pe debate hoti hai, aur uske baad the Senate votes on it. So when the Senate votes on it, then it becomes law. Generally, jo bills hain, wo House of Commons mein originate hote hain, but kabhi kabar Senate mein bhi ho jate hain. Aur kabhi aisa bhi hota hai ki Senate mein koi bill aa jata hai, and the senators feel ki isme koi tabdili aani chahiye, so they debate and they can send it back to the House of Commons to have changes made. Amendments done. Amendments done. Okay. So you said the number of the senators was 105. How does that work? How is that divided on a territorial basis? Well, it's different provinces regarding how, you know, what the population is. Different provinces have different... Okay, different representation. Yeah, Let's talk about Ontario. What representation does Ontario have? Oh, I don't remember. You wouldn't remember offhand. I should, but I don't. I'm not sure right now. No. It's escaped me. I've gone totally blank on it. Okay, not to worry about. Since it's a hand-picked position, what is the criteria for being a senator? How is it considered to begin with? Who recommends it? Like, how does it work? In my case, I think the recommendation came from the Prime Minister's office. And I think it's people who have done something outstanding. Like, we have, you know, senators, you know, who have been in the field of journalism. You have senators who are in the military field. So it's just people who they feel have made outstanding contribution to Canada. As community leaders. As community leaders. And it's not necessarily confined to one field. Okay, it's different walks of life. Different walks of life. Okay. Like you have people who, you know, in the field of sports, and you, like various aspects of life, they've contributed, and their contribution has been worthwhile, and they're appointed to the Senate. Sure. Since our show is all about new Canadians and youth in general, so basically what role does a senator play in a common person's life, or how does that interact? Well, you know what, it's the senators basically. The Senate is separate from the House of Commons. You know, there's this misconception that we have the same role as the MPs do, because I do get a lot of calls regarding immigration visas. And I have to tell people that we have nothing to do with that. We, you know, we sit in the Senate, there's debate, there's, you know, we have committees which take decisions and suggestions. So that's the role. It's like the upper house. So basically, you don't have much interaction with the general public like the elected representatives are. Is that true? Well, to a certain degree, but we do. We're available. Like right now, we're going out and doing consultations, roundtables. We're sitting, you know, on budget meetings. So you do, to a certain degree, you do, because you're out there in the public, interacting with people, listening to suggestions and taking those suggestions back. But where it comes to, like, I don't have an office in Toronto as such. Okay. I have an office in Ottawa, where the MPs have offices in... In their respective ridings. In their respective ridings, where people can go, you know, if they have issues, they have problems. The Senate doesn't have, you know, that. We're in Ottawa, and that's where my office is. But we do deal with the public. We talk to them, we meet them, we go out or interact with them. So basically what I make out, or what the understanding I get, is since the senators are not an elected body and elected representatives, so they don't have an interaction with the public. Having said that, over the issues that they can get their day-to-day
works or chores done, like immigration, like other issues, but they always interact with the general public to get a feedback or get suggestions. Yes. Am I right? Yes, we do not have anything to do with visas and immigrations, but we are always available to, you know, listen to the public's point of views, because we are, there's some very important committees that we sit on, and the laws have to go through the Senate to be, you know, to become a law. It has to be implemented to be passed, and so it becomes law. It has to go through the Senate. So the Senate plays a very important role. And by the way, aapne mujhse pucha tha ki kitne senators hai Ontario ko. At that point, I blanked out. But there's 24 senators from Ontario. Okay, so they're being a very populated province, and I'm pretty sure they have their own demographics while dividing it. So there are 24 to begin with. So see, we specify the role of a senator, and a senator is picked, handpicked only after seeing their credentials. How long you have been in public life? Let's begin with you. Well, it's my public life started in 1988. I may add here that you come from a very, very well-known, socially and politically well-known Pakistani family, which we are all very well aware of. So those things brought you into limelight here? Was that help? I think so, because wo main hamesha kehte hu ki jo siyasat hai, jo social work hai, wo aapke khoon mein hota hai. Jab main badi ho rahi thi to aur logon ke gharon mein patni, you know, kabhi movies ka, kabhi kis cheez ka discussion hota, hamare ghar mein hamesha siyasat ka, social work ka, social conscience ka, ke how important it is to have a social conscience. And jab main Canada aayi to, you know, it's a new country, the first few years to you sort of find yourself, and you know, you sort of realize, ko sabse bada problem jo tha, hum jo aate hain na, to we come from joint family homes, to wahan pe yahan pe aake all of a sudden you're alone. And जो जिस फैमिली से मैं आई हूँ तो आपको पता है पुख्तूनख्वास में हम पे जो हालांकि आई वेंट टू अ कॉन्वेंट ऑफ जीसस एंड मेरी वे द फॉर्मर प्राइम मिनिस्टर बेनजीर वॉज अ फ्रेंड एंड इट वॉज इन स्कूल विद अस फॉर अ फ्यू ईयर्स एंड वी हैड अ फ्यू अदर गर्ल्स हु हैव डन रियली वेल मगर ये था कि फ्रंटियर में आके तो बड़ी प्रोटेक्टेड जिंदगी थी हमारी जो कि आज भी है वैसी भी है हाँ तो यहाँ आके ऑल ऑफ अ सडन के सब कुछ सीखना तो उसमें लग गए 3-4 साल फिर जब बेटी पैदा हुई तो फिर उसके साथ मसरूफ़ रही और जब बेटी स्कूल गई तो दैट वाज माय फॉरे इनटू यू नो हेल्पिंग आई स्टार्टेड हेल्पिंग इन द स्कूल एंड उससे फिर बात बढ़ती रही एंड आई गॉट इन्वॉल्वड इन अ लॉट ऑफ ऑर्गेनाइजेशंस यू हैव अ लॉट ऑफ चैरिटी वर्क टू योर क्रेडिट आई सी दैट ऑन योर प्रोफाइल यस सो दैट इज हाउ यू केम टू लाइमलाइट एंड हाउ दिस Senate thing materialize, if I well, may ask. Well, you know what, I feel that the one great thing about Canadian society is the amount of volunteer work that we do. If you think about it, we don't have that Absolutely concept in Pakistan. I would say in South Asia in general. South Asia, like I can speak about Pakistan. I noticed that it's beginning now, that social conscience is there now, and I think it's primarily people who come abroad and who study and who learn here, they go back, and there are a few wonderful organizations which have been started. So that's one of the good things that I see when I go back to Pakistan, how the ordinary citizens are beginning to realize the value of volunteer work. So I was, jaise maine bataya ki main involved thi kafi organizations mein at various capacities. So un dino mein they were looking for a candidate, and koi mujhe hamesha log kehte the ki siyasat mein involved ho jao. तो उन दिन में वाजिद खान का फ़ोन आया कि भाई एन एक्स एमपी एंड द फर्स्ट पाकिस्तानी हु वाज़ इलेक्टेड टू द पार्लियामेंट एंड ही सेड कि भाई पार्टी इज़ ऑलवेज लुकिंग फॉर कैंडिडेट्स एंड व्हाई डोंट यू कम एंड टॉक टू देम सो आई वेंट टू ऑटावा एंड मेट द पार्टी पीपल एंड आई गेस देयर वाज़ समथिंग दे लाइक्ड एंड बट कंजर्वेटिव पार्टी में ये है कि दे डू नॉट अपॉइंट कैंडिडेट्स यू हैव टू विन द नॉमिनेशन And how does that work? Well, you sign up members and then there's a nomination and, you know, depending on who wins. Okay. So there is some graph that they follow and which is you sign up. That's what I was wanting to know. Yes, you do. You have to show that there is support for you. So you go through at that. At the grassroots level. At the grassroots level. You have to bring the people out. So you have to go and, you know, get to sort of meet people, introduce yourself, sign them up to become, you know, party members, and then you win the nomination. There's a nomination held, and whoever the candidates are, you speak,
and you know, and the party was happy with me. And in the last election, our vote went up by 50%. We did really well. Okay, and basically, you would make believers out of your cause from the general public. Everybody has a cause, which is fine. Yes, and also, for me, it was the importance of telling people how we need to be involved in the political aspect of Canadian life. Of course. Ke jo siyasi awaz hona chahiye har community ka. And mujhe zara sa dukh hota hai ki wo jo hamari Pakistani community jo itni vibrant hai, itni badi hai, hamari representation itni zyada nahi hai. Bilkul, I would agree to that. So, having said that, but we are not being a diverse community and a diverse country, and especially GTA leading in diversity, you have to interact with other communities also. How do you manage to do that? You have to, and I think... because once you being the senator, you're not a senator for South Asians. No. You're a senator from across the board. Even who are not from your party, that doesn't matter. No, the Senate is supposed to be bipartisan, and where I'm the senator for Ontario, which means ke jo yahan ke sare log hai, jo kisi ethnicities ke jo hai, I represent all of them. And mera jo school mein jab involvement shuru hua, to for me, that was the most important thing, because wahan pe you're dealing with people from all ethnicities. And main jab wahan bhi involved hui, to hamesha logon ko keh diya ki aake zyada level pe na shuru kare, start at the small level and see, you know, apni comfort level dekh le. To ye hai ki hame yahan aake hame bahar jana chahiye, hame jaake you can get involved in the libraries, you can get involved in the hospitals, you can get involved in the schools, and go out and contribute and interact with other people. Magar ye hai na ki mushkil bhi hai, kyunki hum ab wahan se aate hai, sometimes hame yahan ki jo culture hai uski samajh nahi hai, jo generally even just the ordinary life. Aapko pata hai ki Pakistan mein zyada jo hum, main jab ye baat kar rahi hu auraton ki khaas tar kar rahi hu, ki wahan pe we lead a very protected life, and agar hum bahir bhi jate hain to it's mostly accompanied by somebody else, and we're not given that right to make those decisions freely. Totally unnecessary at times, but yes, that happens. Yes, so sometimes it happens, and then when you come here, you have to adjust to a new life, you know, and it's not easy. Magar, we have to do it. We have to do it because if for nothing else, for the sake of our children, we must have a political voice. Definitely, I would agree to that. That we should have, especially being a lady from a community and the part of the world you come from, women are not usually considered as leaders over there, and you should be very proud of you. You should be an inspiration for many new Canadians, especially women, I must admit to that. Having said that, moving on, what is the role of a senator or a Senate in general in the international community representing Canada? Well, you know, there's a respect given on my recent trip to Pakistan. I was... very pleased that they welcomed me, and we discussed issues of, you know, bilateral interest. So I am the representative of the Canadian government. I go Absolutely. With a message and I come back with a message. And one So there is an international role overall? Well, I'm talking about the format back here from Ottawa. Well, there is. The Senate, you know, we have various committees. Like, I'm on the Human Rights Committee, and you okay. look at human rights, and we recently did a study on the Afghan women, which was the study that being the new senator, which I put forth, and they chose to do the study. And we did a very successful, quick study of what happens to the Afghan women once the Canadians withdraw. Because, you know, I was conscious of the fact that the women suffered the most the last time the world turned its eyes away from Afghanistan, and we saw what happened. So my, you know, I just wanted to make people aware ke ab kya hoga. Now again, we are withdrawing this year. Yes, yes. So what happens to the women? You know, do we forget about the, you know, the gains they have made? Or do we, you know, continue helping them, you know, move forward? So there is a role, you know, the senators, they have a voice. There's a lot of respect attached to being a senator. And the senators do go abroad and, you sit on various committees. The foreign relations deals with foreign relations. You have the banking and trade, which deals with the banking laws over here. So the Senate plays a very strong, powerful role. And I've been a senator for 6 months now, and I'm still learning. There's a lot of to course, learn. Of course, we learn every day. Yeah. You could be a senator for 6 years, still you'll be learning, I'm sure. So there is an international role. So what do you think
on touching the same topic, what do you think of the recent happenings that took place in the United Nations that Canada for the first time lost its seat? Is the Canadian reputation at stake, or are we working on that? How did that happen? No, I don't think so. I think you can't say Canadian reputation's at stake. You know, these things happen and people vote, and it was a democratic process. This is the first time in the history of Canada it happened, as far as I know. Yes, but there's, you know, there's always a first time. But Canada, when you, and I'm sure you felt it also, that when you travel and people find out that you're a Canadian, there's a lot of love and respect for Canada. Of course, absolutely. And Prime Minister Harper, we have a strong foreign policy. He's, you know, he's worked very hard at it. There's a lot of respect. You know, if you look at his trade with India, if you look at how, you know, he's handled China, where he stood up and spoken about human rights, but on the same time, you know, he sees that China is a valuable ally and we need to have trade with them. So there's, you know, these things happen, and I wouldn't put it's unfortunate. Yeah, it's unfortunate, but, you know, I mean, in the greater scheme of things, I wouldn't. But put you too think much. The overall Canadian reputation internationally is not in harm's way? No. In fact, if anything, Prime Minister Harper has put us back on the world stage, you know, as we're seen as leaders. We've took an active role in Afghanistan and a very positive role. And when you travel, whether you travel in Europe or whether I've traveled in Pakistan, people, you know, come up to you and they just love Canadians. Our reputation is there. We're seen as peacemakers. So you, having said that, on the international front, you travel. I just happened to come across a couple of pictures sent by your office of your recent visit to Pakistan, all the flood-affected areas, very unfortunate thing. So what was your role or Canadian government's role over there helping the flood victims? Well, I went as a Pakistani, you know, as a Pakistani who's the only Pakistani who's in parliament right now. I felt that it was important for me to go, and I didn't want to go right in the beginning when everyone goes. Meri koshish ye thi ki main baad mein chali jaun, ki dekhun ki has the aid reached people. Absolutely. Ki kya ho raha hai, and what is the aftermath? What is the aftermath? And main jab gayi to I went for briefings, and they did a lot of very good work. Ki 20 million people in a country that has, we've seen one devastating. Places like jab main gayi Nowshera Charsada, wahan pe aisa ek gharana nahi hai jo ameer ho ya gareeb ho ke jo effect nahi hua floods pe. And I specifically, because main khatoon hu, to maine ye shauk zahir kiya ki maine auraton se milna hai. Absolutely. To aap tasveeron mein dekhenge, no doubt, ke, no doubt. I've seen it, yeah. And we'll show it to our viewers as well. Yeah, so there's still 7 million people without shelter, which is huge, but mostly, you know, in Punjab, so they've all been resettled. Frontier, there's still a few camps. Sure. The problem generally is Balochistan and Sindh, where the water was still standing, and the evaporation. I was told that even in the aftermath, it was still there. Even in the aftermath, when I was there in November, you know, October, November, the water was still standing. It was about, I think, over 5 feet, okay. And they said it evaporates at the rate of 1 inch a day. So just to put that in perspective. But I was there. I met with the Prime Minister. I met with the Foreign Minister. I met with the senators and, you know, interacted with them. And, you know, sort of, it was good. It was good. And I got a lot of very good press, and people were very happy. And they were amazed that a place like Canada would appoint a Pakistani-born senator. And they were saying, it shows how ahead these democracies are. And my message always is ki bhai seekh lo inse ki ye kya kar rahe hain, what are they doing right. Overall, jo aid ka paisa hai aap usko dekhne gayi, jo ki taxpayer money hai, eventually it's been utilized in a proper way according to your analysis. Yes, CEDA is there, and I was there when there was the donor conference, an international donor conference, and CEDA is doing great work in Pakistan. And, you know, Canadian money that goes is given to charities that are approved by CEDA and approved by the Canadian government. Okay, so there are... So the Canadian money is put to very good use. Okay, so having said that, move on karte huye ye puchna chahenge ke aur kaun se foreign trips kiye Pakistan ke alawa aapne ab tak, ya forthcoming hai? Main New York gayi thi, wo Pakistan League of North America, unhone mujhe award diya. Political personalities, people who've made a difference politically. It's called the Qaid-e-Azam Award.
تو مجھے وہ ملا تو بڑی خوشی ہوئی. ریکگنیشن تو کافی ملتی ہے اور کمیونٹی سے بھی ملتی ہیں، بٹ مگر اپنی کمیونٹی سے مل جائے تو وہ بات ہی اور ہوتی ہے. اور سب سے میں آپ کو بتاؤں کہ یہ فلڈ کے سلسلے میں میں کسی فنڈ ریزر بھی تھی، اینڈ وہاں پہ ایک بزرگ عورت آئی اور بڑی محبت سے مجھے ملی، ہاتھ میرے کاندھوں پہ ڈال کے مجھے کہا کہ پاکستان کی بیٹی تم کہاں پہنچ گئی ہو، اینڈ فار می دیٹ واز اے ویری ایموشنل مومنٹ. So we'll have to go for a short break at this time. We'll continue this conversation. Ladies and gentlemen, let's take a short break, but do stay with us. We are in conversation with the senator. Jab ladki apni skin ki wajah se pareshan ho to fikar ki kya baat hai, laser spot hai na. Laser spot, photo facial, thermage anti aging, laser hair removal. Laser Spot, where beauty meets elegant professionals. Laser Spot, Highway 10 or Queens ke Sangam par. Call Sheila 905-487-2680. فرنیچر خریدن دے دو طریقے ہوندے ہن، پہلا تاں تسی سارے جڑی گیڑے کڈو تے گھر نوں واپس آ جاؤ، یا پھر ایک جگہ جاؤ تے سارا پسند دا فرنیچر گھر لے آؤ. نوبل فرنیچر تے لگ گئی ہے بھاری سیل، گھٹ قیمتاں تے 100% فرنیچر. اپنے گھر دا شنگار بناؤن لئی نوبل فرنیچر دی کسے بھی برانچ تے پہنچو. 905-790-6790 905-790-6790 نوبل فرنیچر. جدوں تہاڈا ایکسیڈنٹ ہو جاندا ہے تہاڈے پاس کئی طرح دے سوال ہوندے ہن. ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਿਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਾਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911 اپنے کاروبار کی ترقی کے لیے پرنٹ پبلسٹی اور بہترین پرنٹنگ کے لیے صرف ایک ہی نام، جہاں جدید ٹیکنالوجی سے سٹور فرنٹ سائنز، چینل لیٹرز، بینرز، ریل اسٹیٹ سائنز، سینڈوچ بورڈز، وہیکل گرافکس، بزنس کارڈز، پوسٹ کارڈز، لیبلز، فلائرز آپ کے بجٹ اور آپ کے وقت پہ بنائے جاتے ہیں. آپ کا کام صرف سوچنا ہے، کیونکہ وی پرنٹ یور تھاٹس. سائنز ٹو گو. Welcome back from the break. As you already know, we are in conversation with the Senator, Begum Ataullah Jan. Welcome back, Ji. So we were in this conversation that you attend a lot of fundraisers, and you were narrating an incident. Now we have floods in Australia, so obviously I'm pretty sure you'll be involved in that. Across the board, you do interact with all communities. How do you manage to do that and address their issues, whatsoever happen? We were just in conversation. You're even today going to a Chinese event. What is that about? It's a Chinese New Year, and I'm going representing the Prime Minister and the Minister of Immigration, Jason Kenney. So I will be representing them this evening at a dinner in Markham. So we do, jaise maine kaha ki hum, main senator hoon for Ontario, and hum jaate hain har community mein. Aapko pata hai ki Canada is so multicultural ke you can't escape that. Har jagah ke, you know, sort of people from all over the world live side by side, and it's a model, especially GTA. And I was surprised sometimes remote jagahon mein insaan jata hai and you find people from all over, and that's the beauty of Canada, and that's why it's a role model for a lot of people, where people say ke multiculturalism has failed. In Canada, you see that it's alive and it's thriving and doing very well. And so I do, attend, I go bhi. Jab aap ja ke insaan se baat karte hain, to you find ke insaan jahan ka bhi ho, jaise bhi ho, ek hi hai. Bilkul. Wahi, same aspirations, you know, they want to do well, they want their children to do well, they want them to get an education, they want good health care. Wahi, it's the same thing. And yahi baat main karti hoon ke community, agar aap bahir nikle, logon se baat karein, and you get involved with them, so you'll find ke you have more in common and less differences. Absolutely, kyunki human tendencies and human demands and human nature overall stays the same. It is not a Chinese or a Pakistani or an Indian human nature, it's human nature. And the biggest example of this is ke jab meri betiyan school mein thi and they would ghar aati thi to kehte ki mama aaj naya bachcha aaya hai, so I used to ask them, okay, naya bachcha aaya hai, what background is he,
And unko sochna pada. And they would think for a few minutes and they say, oh mama, the little kid is Chinese. Because yahan ke bache have learned to see beyond race and color. Absolutely. Which is an incredible, incredible thing. Bilkul sahi baat hai. Yahan ke bache jo hain, I personally, on a personal level, learn a lot from them because I have started observing they just see a human as a human, not as an ethnic background or like we say, they interact across the board. Pakistan ke point of view se, jo ke hum thoda bahut turmoil mein bhi ja rahe hain aajkal, it's a very healthy thing that a woman is representing Pakistan at a federal level in Canada. We are Canadians now, but that would definitely send a very healthy message back home and the community over here, because ultimately we have to interact and we have to start thinking beyond this point ke gender biased bhi nahi hona chahiye hame, jo ke unfortunately hum abhi tak kuch areas mein bahut hain. Hai, magar mujhse sabse zyada khushi jo hui jab main Pakistan gayi, to there's 30 plus female senators and assembly maybe there's a lot of women, and women are jo aurte hain wo they are involved, you know, in all aspects of life. To mujhe main logon ko yahi kehti hu ki jo aap sunte hain media mein aur jo baaz logon ke ideas hain, magar ye hai ki Pakistani society mein har level se, whether it's from working in the stores to, you know, whether it's being judges or being, you know, in the army or being in the civil service or foreign service, Pakistani aurtein are involved, and that absolutely is there. And I think somehow we don't get to hear so much about that. Magar ye hai ki on the other hand, there is a lot of barriers that they have to face. And mera khayal hai wo jo hai wo ek mindset hai. Baaz logon ka wo mindset ab tak change nahi hua hai. And we need to change that. We need to work on that, because main hamesha kehti hu ki dekho, jo aurat hai, wo she looks after your children, and that's the first education your child gets is from the mother. Absolutely. If you have an educated mother, you know, your child's health will be better, your child's education will be better. I do a lot of shows. There's a Pashto program over Voice of on the Voice of America, and I do Pashto being your native language, am I correct? My native language that's spoken in Pakhtunkhwa, in parts of Balochistan and Afghanistan. And I do a lot of shows for them, and I always main hamesha auraton ke haq mein baat karun ki bhai unko taleem do, and hamesha it's a live show, calls aate hain, and usme mushkil se kuch do teen calls aate hain ki wo kehte hain ki bhai we don't agree with education for women, aate hain, and you know, magar zyada log kehte hain ki yes, we must educate our girls. And main us pe hamesha ye kehti hu ki main aapko ye nahi keh rahi hu ki ladki ko taleem de ke usko bahar bhejo naukri ke liye, magar taleem do ki wo acha bura samajh jaye. And it's simple things like hygiene, you know, being able to help the child with their homework when they come. And when I go back, especially to Pakhtunkhwa, in the cities and in the small towns, I do see that the girls are being sent to school. But hamesha, because of poverty or whatever, they will give preference to the boys' education. And that's one thing I would like to see changed. बिल्कुल, मैं तो बहुत एक सीधे से example में believe करता हूँ कि जब हमारे घर की कोई lady बीमार होती है तो हम कहते हैं कि lady doctor लाओ. जब हम अपनी बच्चियाँ पढ़ाएंगे नहीं तो lady doctor कहाँ से आएगी? So this is from the grassroots levels we have to build ourselves up. And that was the one problem that we did see, you know, in the tribal belt in Pakistan and in Afghanistan, where they weren't willing to for the women to study, but yet they wanted female doctors or female healthcare. Absolutely. And that was essential. And you know, and these are things that we need to point out. We need to educate. I mean, things are changing. Things are Pakistan is the age, and Pakistan specifically, it's a parallel world. There are these two, you know, cultures going along. One very traditional and one very modern. And you know, I mean, things are changing. But I do sense a change. The girls. In fact, kabhi kabhar to main dekhti hoon ki jo ladkiyan hain, they're more keen to get an education and they do work harder. And a lot of the girls are very well educated, and sometimes the boys do slack off. जब लड़की अपनी स्किन की वजह से परेशान हो तो फिकर की क्या बात है? लेजर स्पॉट है ना? लेजर स्पॉट फोटो फेशियल थर्माज एंटी एजिंग लेजर हेयर रिमूवल लेजर स्पॉट वेयर ब्यूटी मीट्स एलिगेंट प्रोफेशनल्स लेजर स्पॉट हाईवे 10 और क्वींस के संगम पर
ਕਾਲ ਸ਼ੈਲਾ 9054872680। ਫਰਨੀਚਰ ਖਰੀਦਣ ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਤਾਂ ਤੁਸੀਂ ਸਾਰੀ ਦਿਹਾੜੀ ਗੇੜੇ ਕੱਢੋ ਤੇ ਘਰ ਨੂੰ ਵਾਪਸ ਆ ਜਾਓ, ਜਾਂ ਫਿਰ ਇੱਕ ਜਗ੍ਹਾ ਜਾਓ ਤੇ ਸਾਰਾ ਪਸੰਦ ਦਾ ਫਰਨੀਚਰ ਘਰ ਲੈ ਆਓ। ਨੋਬਲ ਫਰਨੀਚਰ ਤੇ ਲੱਗ ਗਈ ਆ ਭਾਰੀ ਸੇਲ, ਘੱਟ ਕੀਮਤਾਂ ਤੇ 100 ਸਾਰ ਫਰਨੀਚਰ। ਆਪਣੇ ਘਰ ਦਾ ਸ਼ਿੰਗਾਰ ਬਣਾਉਣ ਲਈ ਨੋਬਲ ਫਰਨੀਚਰ ਦੀ ਕਿਸੇ ਵੀ ਬ੍ਰਾਂਚ ਤੇ ਪਹੁੰਚੋ। 905-790-6090 905-790-6790 ਨੋਬਲ ਫਰਨੀਚਰ। ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਡੇ ਪਾਸ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ। ਕਦੇ ਵੀ ਆਪਣਾ ਕਲੇਮ ਆਪਣੇ ਆਪ ਸੈਟਲ ਕਰਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਹੱਕਾਂ ਲਈ ਇੱਕ ਬਹੁਤ ਹੀ ਤਜਰਬੇਕਾਰ ਪਰਸਨਲ ਇੰਜਰੀ ਲਾਇਰ ਰਮੇਸ਼ ਸੰਗਾ ਨੂੰ ਮਿਲੋ। ਤੁਰੰਤ ਸਾਡੀਆਂ ਸੇਵਾਵਾਂ ਲਈ ਆਓ ਤੇ ਵਧੀਆ ਤੋਂ ਵਧੀਆ ਮੁਆਵਜ਼ਾ ਲਓ। ਹਮ ਰੀਅਲ ਸਟੇਟ, ਫੈਮਿਲੀ ਲਾਅ ਔਰ ਇਮੀਗ੍ਰੇਸ਼ਨ ਮੇਂ ਵੀ ਸਰਵਿਸਿਜ਼ ਦੇਤੇ ਹੈਂ। 905-670-9911। अपने कारोबार की तरक्की के लिए प्रिंट पब्लिसिटी और बेहतरीन प्रिंटिंग के लिए सिर्फ एक ही नाम, साइंस टू गो। जहां जदीद टेक्नोलॉजी से स्टोर फ्रंट साइंस, चैनल लेटर्स, बैनर्स, रियल स्टेट साइंस, सैंडविच बोर्ड्स, व्हीकल ग्राफिक्स, बिजनेस कार्ड्स, पोस्ट कार्ड्स, लेबल्स, फ्लायर्स आपके बजट और आपके वक्त में बनाए जाते हैं। आपका काम सिर्फ सोचना है, क्योंकि प्रिंट योर थॉट्स। साइंस टू गो।